ਵਿਮਨ ਟਾਕ ਸ਼ੋਅ ਵਿਦ ਸੁਰਜੀਤ ਢਿੱਲਨ ਲੈ ਕੇ ਆ ਰਹੇ ਹਾਂ ਅਸੀਂ ਰੇਡੀਓ ਆਵਾਜ਼ 'ਤੇ ਜਿਹਦਾ ਕਿ ਇਹ ਪਹਿਲਾ ਦਿਨ ਹੈਗਾ ਜਿੱਦਾਂ ਕਿ ਤੁਹਾਨੂੰ ਲਾਸਟ ਵੀਕ ਮੈਂ ਦੱਸ ਕੇ ਗਈ ਸੀਗੀ ਇਹਦੇ 'ਚ ਅਸੀਂ ਹਰੇਕ ਤਰ੍ਹਾਂ ਦੀ ਗੱਲਾਂ ਕਵਰ ਕਰਨਗੀਆਂ ਹਰੇਕ ਤਰ੍ਹਾਂ ਦੇ ਵਿਮੈਨ ਇਸ਼ੂਜ਼ ਵਿਮੈਨ ਦੀ ਹੈਲਥ ਹੋਏ ਬਿਊਟੀ ਹੋਈ ਮਾਇੰਡਫੁਲਨੈਸ ਹੋਈ ਯੋਗਾ ਹੋਇਆ ਮੈਡੀਟੇਸ਼ਨ ਹੋਇਆ ਟੂਰਿਜ਼ਮ ਹੋਇਆ ਹੋਰ ਅਸੀਂ ਉੱਦਾਂ ਉਸੇ ਤਰ੍ਹਾਂ ਦੇ ਗੈਸਟ ਵੀ ਤੁਹਾਡੇ ਨਾਲ ਲੈ ਕੇ ਆਵਾਂਗੇ ਜਿੱਥੋਂ ਤੁਸੀਂ ਕੁਐਸਚਨ ਆਂਸਰ ਪੁੱਛ ਸਕਦੇ ਹਾਂ ਹੋਰ ਅਸੀਂ ਟਰਾਈ ਕਰਾਂਗੇ ਕਿ ਅਸੀਂ ਵੱਧ ਤੋਂ ਵੱਧ ਤੁਹਾਡੇ ਕੁਐਸਚਨਸ ਦੇ ਆਂਸਰ ਦੇ ਸਕੀਏ ਅਸੀਂ ਫੋਨ ਕਾਲ ਵੀ ਲਵਾਂਗੇ ਇਸ ਦੇ ਦੌਰਾਨ ਅੱਜ ਜਿੱਦਾਂ ਮੈਂ ਦੱਸਿਆ ਕਿ ਇਹ ਸਾਡਾ ਪਹਿਲਾ ਸ਼ੋਅ ਹੈਗਾ ਅਤੇ ਮੇਰੇ ਨਾਲ ਅੱਜ ਗੈਸਟ ਆਏ ਹੈਗੇ ਆ ਤਾਨੀਆ ਰੂਪਰਾ ਜੀ ਜਿਹੜਾ ਤੁਸੀਂ ਕਾਫੀ ਲੋਕ ਇਹਨਾਂ ਨੂੰ ਜਾਣਦੇ ਹੈਗੇ ਆ ਕਾਫੀ ਵਾਰ ਰੇਡੀਓ ਵਗੈਰਾ 'ਚ ਆ ਚੁੱਕੇ ਆ ਸੋ ਤਾਨੀਆ ਜੀ ਤੁਹਾਡਾ ਵਿਮੈਨ ਟਾਕ ਸ਼ੋਅ 'ਚ ਬਹੁਤ ਸਵਾਗਤ ਹੈਗਾ ਮੇਰੀ ਤਰਫ ਸੇ ਆਪ ਸਭ ਕੋ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਆਪਕਾ ਬਹੁਤ ਬਹੁਤ ਧੰਨਵਾਦ ਆਪਣੇ ਮੁਝੇ ਬੁਲਾਇਆ ਥੈਂਕ ਯੂ ਸੋ ਅੱਜ ਹਮਾਰਾ ਵਿਸ਼ੇ ਹੈ ਬਾਲੋਂ ਕੇ ਲੀਏ ਹਾਂਜੀ ਹਮ ਡਿਫਰੈਂਟ ਡਿਫਰੈਂਟ ਐਵਰੀ ਟਾਈਮ ਅਸੀਂ ਡਿਫਰੈਂਟ ਲੈ ਕੇ ਆਵਾਂਗੇ ਟੋਪਿਕ ਜਿੱਦਾਂ ਕਿ ਮੈਂ ਦੱਸਿਆ ਕਿ ਅਸੀਂ ਬਿਊਟੀ ਹੈਲਥ ਸਾਰਾ ਕੁਝ ਕਵਰ ਕਰਾਂਗੇ ਸੋ ਇੱਕ ਸ਼ੋਅ 'ਚ ਅਸੀਂ ਐਵਰੀਥਿੰਗ ਨਹੀਂ ਕਵਰ ਕਰ ਸਕਦੇ ਸੋ ਅੱਜ ਅਸੀਂ ਪਹਿਲਾਂ ਬਿਊਟੀ ਤੋਂ ਸਟਾਰਟ ਕਰਾਂਗੇ ਜਿਹੜਾ ਕਿ ਮੈਂ ਫੈਸ਼ਨ ਬਰਾਊਜ਼ ਹੋ ਸਹਾਰਾ ਇਸ ਸਪਾ ਵੱਲੋਂ ਬਿਊਟੀ ਟਿਪ ਲੈ ਕੇ ਆਉਂਗੀ ਐਵਰੀ ਵੀਕ ਤੁਹਾਡੇ ਵਾਸਤੇ ਠੀਕ ਹੈ ਜੀ ਸੋ ਅੱਜ ਅਸੀਂ ਹੇਅਰ ਦੇ ਬਾਰੇ ਗੱਲ ਕਰਾਂਗੇ ਜ਼ਰੂਰ ਸੋ ਤੁਸੀਂ ਸਾਨੂੰ ਦੱਸੋ ਬਾਲਾਂ ਦੇ ਬਾਰੇ ਤੁਸੀਂ ਦੱਸੋ ਕਿ ਸਾਰਿਆਂ ਦੇ ਬਹੁਤ ਡਿਫਰੈਂਟ ਟਾਈਪ ਦੇ ਬਾਲ ਹੁੰਦੇ ਨੇ ਸੋ ਕਿਸ ਤਰ੍ਹਾਂ ਜੱਜ ਕੀਤਾ ਜਾਂਦਾ ਕਿ ਕਿਹਦੇ ਬਹੁਤ ਗ੍ਰੀਸੀ ਹੈਗੇ ਬਾਲ ਕਿਹਦੇ ਬਹੁਤ ਡਰਾਈ ਬਾਲ ਹੈਗੇ ਅਤੇ ਕਿੱਦਾਂ ਟ੍ਰੀਟ ਕਰਨਾ ਚਾਹੀਦਾ ਹਾਂਜੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਹੇਅਰ ਕੀ ਹੈਗੇ ਆ ਅਗਰ ਤੁਹਾਨੂੰ ਪਤਾ ਹੋਊਗਾ ਕਿ ਤੁਹਾਡੇ ਹੇਅਰ ਡਰਾਈ ਆ ਜਾਂ ਗ੍ਰੀਸੀ ਆ ਜਾਂ ਫਾਈਨ ਹੇਅਰ ਆ ਜਾਂ ਸਪਲਿਟ ਐਂਡ ਹੈ ਤਾਂ ਹੀ ਤੁਸੀਂ ਉਹਦੀ ਟ੍ਰੀਟਮੈਂਟ ਕਰ ਸਕਦੇ ਹਾਂ ਸੋ ਉਹੀ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿੱਦਾਂ ਦੇ ਹੇਅਰ ਕਿੱਦਾਂ ਟਾਈਪ ਹੁੰਦੇ ਆ ਜਿਹੜੇ ਕਿ ਡਰਾਈ ਹੇਅਰ ਹੁੰਦੇ ਆ ਜਦੋਂ ਤੁਸੀਂ ਵਾਸ਼ ਕਰਕੇ ਆਉਂਦੇ ਆ ਰਾਈਟ ਉਹ ਜਦੋਂ ਤੁਸੀਂ ਕੋਮ ਲਾਉਣ ਲੱਗਦੇ ਹੋ ਕਾਫੀ ਕੋਮ ਤੁਹਾਡੀ ਉਹਦੇ 'ਚ ਫਸਦੀ ਹੈਗੀ ਆ ਇੰਨੀ ਸਮੂਥ ਨਹੀਂ ਹੁੰਦੇ ਆ ਸੋ ਦੈਟਸ ਸਾਰਿਆਂ ਨੂੰ ਡਰਾਈ ਹੇਅਰ ਦਾ ਪਤਾ ਲੱਗ ਜਾਂਦਾ ਕਿ ਡਰਾਈ ਹੇਅਰ ਹੁੰਦੇ ਕਹਿੰਦੇ ਆ ਅਤੇ ਇਹਨੂੰ ਟ੍ਰੀਟ ਕਿੱਦਾਂ ਕਰਨਾ ਹੈਗਾ ਠੀਕ ਰਾਈਟ ਸੋ ਉਹ ਅਸੀਂ ਘਰੇਲੂ ਨੁਸਖੇ ਨਾਲ ਟਰਾਈ ਕਰਾਂਗੇ ਕਿ ਤੁਸੀਂ ਟ੍ਰੀਟ ਕਰੋ ਇਹਨੂੰ ਹਾਂਜੀ ਕਿਉਂਕਿ ਅਸੀਂ ਤਾਂ ਇਸ ਤਰ੍ਹਾਂ ਹੀ ਵੱਡੇ ਹੋਏ ਹਾਂ ਜਿੱਦਾਂ ਸਾਡੀ ਜਨਰੇਸ਼ਨ ਜਿੱਦਾਂ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਸ਼ੁਰੂ ਤੋਂ ਇਸ ਤਰ੍ਹਾਂ ਸਿਖਾਇਆ ਹੈਗਾ ਕਿ ਘਰ ਦੇ ਹੋਮ ਰੈਮੇਡੀ ਦੇ ਨਾਲ ਜਿਹੜਾ ਸਭ ਤੋਂ ਅੱਛੀ ਹੈਗੀ ਆ ਹਾਂਜੀ ਹੈ ਨਾ ਜੀ ਸੋ ਉਹਦੇ 'ਚ ਹੀ ਆਉਂਦਾ ਡਰਾਈ ਹੇਅਰ ਦੀ ਟ੍ਰੀਟਮੈਂਟ ਲਈ ਸਭ ਤੋਂ ਬੈਸਟ ਹੈਗਾ ਜਿਹੜਾ ਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਕੋਕੋਨਟ ਓਇਲ ਜਿਹੜਾ ਕਿ ਨਾਰੀਅਲ ਦਾ ਤੇਲ ਕਹਿੰਦੇ ਹੈਗੇ ਹਾਂ ਇਹ ਅਸੀਂ ਬਹੁਤ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਪਰ ਕਿੱਥੇ ਇਹ ਗੁਆਚ ਚੱਲਦਾ ਸੀਗਾ ਬਿਕੋਜ਼ ਹੁਣ ਇੰਨੇ ਸਾਰੇ ਪ੍ਰੋਡਕਟ ਆ ਗਏ ਆ ਕਿ ਤੁਸੀਂ ਆਹ ਲਾਓ ਤੁਸੀਂ ਆਹ ਕਰੋ ਤਾਂ ਤੁਹਾਡੇ ਬਾਲ ਇੱਦਾਂ ਹੋ ਜਾਣਗੇ ਲੋਕੀ ਕਨਫਿਊਜ਼ ਹੋ ਜਾਂਦੇ ਆ ਪਰ ਹੁਣ ਆਮ ਗਲੈਡ ਕਿ ਲੋਕ ਫਿਰ ਤੋਂ ਆਯੁਰਵੇਦ ਵੱਲ ਪੁਰਾਣੇ ਖਿਆਲਾਂ ਵੱਲ ਨਵੀਂ ਜਨਰੇਸ਼ਨ ਫਿਰ ਤੋਂ ਜਾ ਰਹੀ ਆ ਈਵਨ ਮੈਂ ਵੀ ਉਸ ਤਰਫ ਜਾ ਰਹੀ ਹਾਂ ਜਦੋਂ ਮੈਂ ਆਈ ਸੀ ਇੱਥੇ 20-25 ਸਾਲ ਪਹਿਲਾਂ ਹੈ ਨਾ ਉਦੋਂ ਕੋਈ ਕਹਿ ਦੇ ਕਿ ਕੋਕੋਨਟ ਓਇਲ ਲਾ ਕਹਿੰਦਾ ਨਹੀਂ ਕੋਕੋਨਟ ਓਇਲ ਨਹੀਂ ਲਾਉਣਾ ਗ੍ਰੀਸੀ ਹੋ ਜਾਣਗੇ ਹੇਅਰ ਅਸੀਂ ਲਾ ਕੇ ਨਹੀਂ ਤੁਹਾਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਹੈਗੀ ਲਾ ਕੇ ਤੁਸੀਂ ਕੋਕੋਨਟ ਓਇਲ ਲਾਓ ਲਾ ਕੇ ਤੁਸੀਂ ਉਹਨਾਂ ਦੀ ਮਸਾਜ ਕਰੋ ਮਸਾਜ ਕਰਕੇ 1-1.5 ਘੰਟਾ ਤੁਸੀਂ ਆਪਣੇ ਹੇਅਰ 'ਚ ਰੱਖੋ ਉਹਦੇ ਬਾਅਦ ਤੁਸੀਂ ਜਿਹੜਾ ਵੀ ਤੁਸੀਂ ਸ਼ੈਂਪੂ ਕੰਡੀਸ਼ਨਰ ਯੂਜ਼ ਕਰਦੇ ਹਾਂ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ ਇੱਕ ਮੈਂ ਗੱਲ ਇਹਦੇ ਨਾਲ ਸ਼ਾਮਿਲ ਕਰਨਾ ਚਾਹਾਂਗੀ ਕਿ ਕੋਈ ਭੁੱਲੇ ਭੁਲੇਖੇ ਵੀ ਸਰਦੀਆਂ ਦੇ ਵਿੱਚ ਕੋਕੋਨਟ ਓਇਲ ਲਾ ਕੇ ਬਾਹਰ ਨਾ ਜਾਏ ਨਹੀਂ ਤਾਂ ਇਹ ਤੋਂ ਬੁਰਾ ਐਕਸਪੀਰੀਅੰਸ ਲਾਈਫ 'ਚ ਕੁਛ ਨਹੀਂ ਹੋ ਸਕਦਾ ਪ੍ਰੋਟੀਨ ਦੇਣ ਵਾਸਤੇ ਹਨੀ ਦਾ ਕੀ ਰੋਲ ਹੈਗਾ ਆ ਹਨੀ ਦਾ ਮੋਸਟ ਤੁਹਾਡੇ ਫੇਸ਼ ਸਕਿਨ ਦੇ ਉੱਤੇ ਜ਼ਿਆਦਾ ਅਸਰਦਾਰ ਹੈਗੀ ਆ ਬਾਲਾਂ 'ਚ ਨਹੀਂ ਕਹੂੰਗੀ ਬਿਕੋਜ਼ ਕਾਫੀ ਸਟਿੱਕੀ ਹੁੰਦੀ ਹੈ ਸੋ ਯੂ ਕੈਨ ਨੋਟ ਯੂਜ਼ ਹਨੀ ਹਨੀ ਵਾਲੇ ਜਾਂ ਚੀਜ਼ਾਂ ਮਿਲਦੀਆਂ ਹੈਗੀਆਂ ਬਿਕੋਜ਼ ਹਨੀ ਹੈਜ਼ ਐਂਟੀ ਆਕਸੀਡੈਂਟ ਇਨ ਇਟ ਜਿਹੜਾ ਸ਼ੈਂਪੂ ਕੰਡੀਸ਼ਨਰ 'ਚ ਵੀ ਦੇਖਿਆ ਕਿ ਹਨੀ ਪਾਇਆ ਹੁੰਦਾ ਹਾਂਜੀ ਬਿਕੋਜ਼ ਉਹ 'ਚ ਐਂਟੀ ਆਕਸੀਡੈਂਟ ਹੁੰਦਾ ਜਿਹੜੇ ਤੁਹਾਡੇ ਫੋਲਕਲ ਪਰ ਅਗਰ ਤੁਸੀਂ ਸਿੱਧਾ ਹਨੀ ਲੈ ਕੇ ਸਿਰ 'ਤੇ ਲਾਓਗੇ ਤਾਂ ਬਹੁਤ ਮੁਸ਼ਕਿਲ ਹੋ ਗਈ ਤੁਹਾਨੂੰ ਨਿਕਾਲਣ ਵਾਸਤੇ ਰਾਈਟ ਸੋ ਜਿਹੜਾ ਜਿੰਨਾ ਕਿ ਮੈਨੂੰ ਨੌਲੇਜ ਹੈਗੀ ਔਰ ਜੋ ਮੈਂ ਕਦੀ ਕਿਤੇ ਪੜ੍ਹਿਆ ਹੈਗਾ ਕਹਿੰਦੇ ਕਿ ਅਗਰ ਤੁਸੀਂ ਐਗ ਵਾਈਟ 'ਚ ਲਾਈਮ ਜੂਸ ਪਾ ਕੇ ਆਪਣੇ ਹੇਅਰ 'ਚ ਲਾਓ ਕੋਟਨ ਦੇ ਨਾਲ ਤੁਸੀਂ ਪੱਟ ਕਰਕੇ ਲਾ ਲਓ ਔਰ ਉਹਨੂੰ ਤੁਸੀਂ ਉਹਦੇ ਬਾਅਦ ਥੋੜ੍ਹਾ ਮਸਾਜ ਕਰੋ ਓਕੇ ਲਾਈਮ ਜਿੱਦਾਂ ਕਿ ਪਤਾ ਹੈ ਕਿ ਐਸਿਡਿਕ ਹੁੰਦਾ ਹੈ ਉਹ ਤੁਹਾਡੇ ਪੋਰਸ ਥੋੜ੍ਹੇ ਓਪਨ ਕਰਦਾ ਹੈਗਾ ਪਲੱਸ ਉਹ ਕਲੈਂਸ ਵੀ ਕਰਦਾ ਹੈਗਾ ਤੁਹਾਡੇ ਜਿਹੜੇ ਰੂਟਸ ਹੈਗੇ ਆ ਨਾ ਉਹਨਾਂ ਨੂੰ ਕਲੈਂਸ ਕਰਦਾ ਉਹਨਾਂ ਦੇ ਪੋਰਸ
ਖੋਲਦਾ ਹੈ ਅਤੇ ਜਿਹੜਾ ਐਗ ਵਾਈਟ ਹੈਗਾ ਉਹਦੀ ਪ੍ਰੋਟੀਨ ਤੁਹਾਡੇ ਅੰਦਰ ਫੋਲੀਕਲਸ 'ਚ ਜਾਂਦੀ ਹੈਗੀ ਆ। ਸੋ ਤੁਸੀਂ ਉਹਨੂੰ ਅਬਾਊਟ ਅੱਧਾ ਘੰਟਾ ਆਪਣੇ ਬਾਲਾਂ 'ਚ ਲੱਗਾ ਰਹਿਣ ਦਿਉ। ਕੁਛ ਲੋਕ ਕਹਿੰਦੇ ਆ ਕੈਸਟਰ ਆਇਲ ਬਹੁਤ ਅੱਛਾ ਹੈਗਾ, ਤੁਹਾਡਾ ਕੀ ਵਿਚਾਰ ਹੈ? ਕੈਸਟਰ ਆਇਲ ਹੇਅਰ ਗਰੋਥ ਵਾਸਤੇ ਅੱਛਾ ਹੈਗਾ, ਰਾਈਟ? ਉਹ ਅਸੀਂ ਜਦੋਂ ਜਿੱਦਾਂ ਬਾਲਨੈਸ ਕਿਸੇ ਦੀ ਹੋ ਰਹੀ ਆ ਉਹਦੇ ਲਈ ਕਾਫੀ ਹੈਲਪਫੁਲ ਹੈਗਾ। ਸੋ ਵਿਲ ਟਾਕ ਅਬਾਊਟ ਦੈਟ ਹੁਣ, ਬਿਕੋਜ਼ ਵੀ ਆਰ ਟਾਕਿੰਗ ਅਬਾਊਟ ਡਰਾਈ ਹੇਅਰ। ਸੋ ਡਰਾਈ ਹੇਅਰ ਦਾ ਹੈਗਾ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ, ਐਗ ਵਾਈਟ, ਲਾਈਮ ਜੂਸ ਔਰ ਕੋਕੋਨਟ ਆਇਲ, ਇਹ ਤਿੰਨੋਂ ਚੀਜ਼ਾਂ ਵੀ ਮਿਕਸ ਕਰਕੇ ਇਨਸਟੈਡ ਆਫ ਜਸਟ ਕੋਕੋਨਟ ਆਇਲ ਲਾਉਣ ਦੇ ਬਦਲੇ ਤੁਸੀਂ ਇਹ ਤਿੰਨੋਂ ਚੀਜ਼ਾਂ ਐਜ਼ ਅ ਮਾਸਕ ਲਾ ਲਓ। ਇਟਸ ਲਾਈਕ ਅ ਪ੍ਰੋਟੀਨ ਮਾਸਕ ਫੋਰ ਯੋਰ ਹੇਅਰ। ਹੋਰ ਅੱਧਾ ਘੰਟਾ ਰੱਖ ਕੇ ਤੁਸੀਂ ਵਾਸ਼ ਕਰ ਲਓ। ਜ਼ਿਆਦਾ ਤੋਂ ਜ਼ਿਆਦਾ ਕਿੰਨਾ ਟਾਈਮ ਲਗਾ ਕੇ ਰੱਖ ਸਕਦੇ? ਹਾਫ ਐਨ ਆਵਰ। ਓਕੇ, ਹਾਂਜੀ, ਬਹੁਤ ਜ਼ਿਆਦਾ ਦੇਰ ਤੁਹਾਨੂੰ ਲਾਉਣ ਦੀ ਲੋੜ ਨਹੀਂ। ਫਿਰ ਬਹੁਤ ਜ਼ਿਆਦਾ ਡਰਾਈ ਹੋ ਕੇ ਉਹਦੇ ਐਗ ਵੀ ਡਰਾਈ ਬਹੁਤ ਜ਼ਿਆਦਾ ਹੋ ਗਿਆ, ਲੈਮਨ ਵੀ ਹੋ ਗਿਆ, ਫਿਰ ਤੁਹਾਨੂੰ ਨਿਕਾਲਣ ਨੂੰ ਉਹਨਾਂ ਜ਼ਿਆਦਾ ਮਸਾਜ ਕਰਨਾ ਪਊਗਾ, ਹੋਰ ਤੁਹਾਡੇ ਹੋਰ ਹੇਅਰ ਟੁੱਟਣ ਡੈਮੇਜ ਹੋਣਗੇ, ਰਾਈਟ? ਹਾਂਜੀ। ਪਲੱਸ ਅਗਰ ਤੁਹਾਡੇ ਡੈਂਡਰਫ ਹੈਗੀ ਆ, ਜਿਹੜਾ ਐਗ ਵਾਈਟ ਵਾਲਾ ਮੈਂ ਮਾਸਕ ਦੱਸ ਰਹੀ ਹੈਗੀ, ਥੋੜ੍ਹੀ ਡੈਂਡਰਫ ਵੀ ਗੈਟ ਰਿਡ ਕਰਦਾ ਹੈ, ਬਿਕੋਜ਼ ਡੈਂਡਰਫ ਵੀ ਤੁਹਾਡੇ ਕਈ ਵਾਰ ਡਰਾਈ ਹੇਅਰ 'ਚ ਹੁੰਦੀ, ਮੋਸਟਲੀ ਡੈਂਡਰਫ ਗ੍ਰੀਸੀ ਹੇਅਰ 'ਚ ਹੁੰਦੀ ਆ, ਪਰ ਜਸਟ ਇਨ ਕੇਸ ਅਗਰ ਤੁਹਾਡੇ ਹੈਗੇ ਆ ਤਾਂ ਜਸਟ ਐਗ ਵਾਈਟ ਵਿਲ ਗੈਟ ਰਿਡ ਆਫ ਦ ਡੈਂਡਰਫ। ਓਕੇ, ਠੀਕ ਹੈ ਨਾ। ਅਤੇ ਦੂਸਰਾ ਹੈਗਾ ਹੈ ਸਾਡੇ ਹੁੰਦੇ ਆ ਓਇਲੀ ਹੇਅਰ, ਹਾਂਜੀ, ਸੈਕਿੰਡ ਥਰਾ ਦੇ, ਹਾਂਜੀ। ਉਹਦੇ 'ਚ ਸਾਨੂੰ ਕਾਫੀ ਅਸੀਂ ਕਹਿੰਦੇ ਹਾਂ ਕਿ ਅੱਜ ਸਿਰ ਨਾਤਾ ਕੱਲ੍ਹ ਚਲੇ ਗਏ। ਹੋਰ ਆਪਣੇ 'ਚ ਇੱਕ ਇਹ ਵੀ ਮਿੱਥ ਹੈਗਾ ਕਿ ਤੁਸੀਂ ਜ਼ਿਆਦਾ ਵਾਰ ਹੇਅਰ ਵਾਸ਼ ਨਾ ਕਰੋ, ਤੁਹਾਡੇ ਬਾਲ ਖਰਾਬ ਹੋ ਜਾਣਗੇ। ਹਾਂਜੀ, ਇਹ ਟੋਟਲੀ ਮਿੱਥ ਹੈ। ਓਕੇ, ਇਹ ਡਿਪੈਂਡ ਕਰਦਾ ਤੁਹਾਡੇ ਸਕਿਨ 'ਤੇ, ਤੁਹਾਡੇ ਸਕੈਲਪ 'ਤੇ ਕਿੱਦਾਂ ਦੀ ਹੈਗੀ ਆ। ਅਗਰ ਤੁਹਾਡੀ ਡਰਾਈ ਹੇਅਰ ਆ, ਤੁਸੀਂ ਨਹੀਂ ਵੀ 2-3 ਡੇਜ਼ ਵਾਸ਼ ਕਰੋਗੇ ਤਾਂ ਤੁਹਾਡਾ ਕੁਛ ਉਦੇ ਦਾ ਉਦਾ ਹੀ ਰਹੂਗਾ, ਬਿਕੋਜ਼ ਇਟਸ ਡਰਾਈ ਆਲਰੇਡੀ। ਪਰ ਜਿਹੜੀ ਗ੍ਰੀਸੀ ਹੇਅਰ ਹੈਗੇ ਆ, ਜਦੋਂ ਤੁਹਾਡਾ ਗ੍ਰੀਸ ਨਿਕਲਦਾ ਹੈਗਾ ਸਿਰ ਤੋਂ, ਉਹ ਡਸਟ ਪਾਰਟੀਕਲ ਅਟਰੈਕਟ ਕਰਦਾ ਹੈ। ਸੋ ਜਦੋਂ ਤੁਹਾਡੇ ਗ੍ਰੀਸੀ ਹੇਅਰ ਹੁੰਦੇ ਆ, ਤੁਹਾਨੂੰ ਹੋਰ ਜ਼ਿਆਦਾ ਵਾਸ਼ ਕਰਨੇ ਪੈਂਦੇ ਆ, ਔਰ ਜਿੰਨਾ ਤੁਸੀਂ ਕਲੀਨ ਰੱਖੋਗੇ ਆਪਣਾ ਸਕੈਲਪ ਨੂੰ, ਓਨੀ ਤੁਹਾਡੀ ਗ੍ਰੀਸ ਘੱਟ ਹੋਗੀ ਐਂਡ ਤੁਹਾਡੇ ਫੋਲੀਕਲਸ ਵੀਕ ਨਹੀਂ ਹੋਣਗੇ, ਹੋਰ ਡੈਮੇਜ ਨਹੀਂ ਹੋਣਗੇ। ਬਿਕੋਜ਼ ਗ੍ਰੀਸੀ ਹੇਅਰ ਵਾਲੇ ਦੇ ਤੁਸੀਂ ਦੇਖੋਗੇ ਕਾਫੀ ਘੱਟ ਬਾਲ ਵੀ ਦਿਖਣ ਨੂੰ ਲੱਗਦੇ ਹੈਗੇ, ਹਲਕੇ ਲੱਗਦੇ ਆ, ਹਲਕੇ ਲੱਗਦੇ, ਕਿਉਂਕਿ ਉਹ ਗ੍ਰੀਸ ਦੇ ਨਾਲ ਤੁਹਾਡੇ ਫੋਲੀਕਲਸ ਚੋਕ ਹੋਣ ਲੱਗ ਜਾਂਦੇ ਆ, ਉਹ ਗਿਰਨ ਲੱਗ ਜਾਂਦੇ ਆ। ਸੋ ਉਹਦੇ ਲਈ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਗ੍ਰੀਸੀ ਹੇਅਰ ਨੂੰ ਚੰਗੀ ਤਰ੍ਹਾਂ ਵਾਸ਼ ਕਰੋ। ਉਹਦੇ ਲਈ ਸਪੈਸ਼ਲ ਮਾਸਕ ਕਿਹੜਾ ਹੈ? ਹਾਂਜੀ, ਦੈਟਸ ਅ ਵੈਰੀ ਗੁੱਡ ਕੁਐਸਚਨ, ਮੈਂ ਭੁੱਲ ਜਾਣਾ ਸੀਗਾ। ਉਹਦੇ ਲਈ ਹੈਗਾ ਬੇਸਨ ਦਾ ਮਾਸਕ। ਅੱਛਾ ਜੀ। ਸੋ ਗ੍ਰੀਸੀ ਹੇਅਰ ਅਵੋਇਡ ਕਰਨ ਲਈ ਓਇਲ ਨੂੰ ਤੁਸੀਂ ਨਹਾਉਣ ਤੋਂ ਪਹਿਲਾਂ ਬੇਸਨ 'ਚ ਅਗੇਨ ਲੈਮਨ ਜੂਸ, ਲੈਮਨ ਜਿੱਦਾਂ ਕਹਿੰਦੇ ਨਾ ਹਰੇਕ ਚੀਜ਼ ਦੀ ਬਿਮਾਰੀ ਦੀ ਦਵਾ ਹੈਗੀ ਹੈ, ਰਾਈਟ? ਸੋ ਤੁਸੀਂ ਬੇਸਨ 'ਚ ਲਾਈਮ ਜੂਸ ਪਾ ਕੇ ਉਹਦੀ ਪੇਸਟ ਬਣਾ ਲਓ, ਵਾਟਰ ਲਾ ਕੇ, ਅਤੇ ਉਹ ਤੁਸੀਂ ਸਾਰੇ ਹੇਅਰ 'ਚ ਆਪਣੇ ਲਗਾ ਲਓ ਐਂਡ ਉਹਨੂੰ ਰਹਿਣ ਦਿਉ ਹਾਫ ਐਨ ਆਵਰ। ਓਕੇ, ਐਂਡ ਦੈਨ ਜਿਹੜਾ ਵੀ ਸ਼ੈਂਪੂ ਕੰਡੀਸ਼ਨਰ ਤੁਸੀਂ ਯੂਜ਼ ਕਰਦੇ ਹੈਗੇ ਆ ਉਹਦੇ ਨਾਲ ਵਾਸ਼ ਕਰੋ। ਅਤੇ ਕੁਛ ਲੋਕ ਕਹਿੰਦੇ ਨੇ ਮੁਲਤਾਨੀ ਮਿੱਟੀ ਵੀ ਬਾਲਾਂ 'ਚ ਲਗਾਈ ਜਾਂਦੀ ਹੈ, ਹਾਂਜੀ, ਉਹ ਵੀ ਗ੍ਰੀਸੀ ਹੇਅਰ ਵਾਸਤੇ ਹੈਗੀ। ਮੁਲਤਾਨੀ ਮਿੱਟੀ ਨੂੰ ਤੁਸੀਂ ਪਾਣੀ 'ਚ ਸੋਕ ਕਰ ਲਓ, ਠੀਕ ਹੈ ਜੀ। ਤੁਸੀਂ ਉਹਦੇ 'ਚ ਥੋੜ੍ਹਾ ਜਿਹਾ ਰੋਜ਼ ਵਾਟਰ ਵੀ ਐਡ ਕਰ ਸਕਦੇ ਆ, ਰਾਈਟ? ਐਂਡ ਐਂਟੀ ਰਿੰਕਲ ਵੀ ਮੇਰੇ ਖਿਆਲ ਬਹੁਤ ਨਾਈਸ ਹੈਗਾ ਆ, ਮੁਲਤਾਨੀ ਮਿੱਟੀ ਵਿਦ ਲੈਮਨ ਰੋਜ਼ ਵਾਟਰ। ਹਾਂਜੀ, ਦੈਟਸ ਫੋਰ ਦਾ ਫੇਸ, ਵਿਲ ਟਾਕ ਅਬਾਊਟ ਫੇਸ ਇਨ ਅ ਡਿਫਰੈਂਟ। ਦੋਨਾਂ ਥਾਂ ਤੇ ਚੱਲ ਜਾਂਦਾ? ਹਾਂਜੀ, ਦੋਨਾਂ ਥਾਂ ਤੇ ਚੱਲ ਜਾਂਦਾ ਹੈ। ਸੋ ਮੁਲਤਾਨੀ ਮਿੱਟੀ 'ਚ ਅਗੇਨ ਤੁਸੀਂ ਥੋੜ੍ਹਾ ਜਿਹਾ ਲੈਮਨ ਪਾਉਣਾ ਹੈਗਾ ਐਂਡ ਵਾਟਰ ਜਾਂ ਰੋਜ਼ ਵਾਟਰ ਥੋੜ੍ਹਾ ਜਿਹਾ ਐਡ ਕਰ ਲਓ, ਉਹਦਾ ਪੇਸਟ ਬਣਾ ਕੇ ਤੁਸੀਂ ਸਾਰੇ ਆਪਣੇ ਹੇਅਰ 'ਚ ਲਗਾ ਲਓ, ਠੀਕ ਹੈ ਜੀ? ਐਂਡ ਤੁਹਾਨੂੰ ਜ਼ਿਆਦਾ ਵੀ ਨਹੀਂ, 15-20 ਮਿੰਟ ਬਹੁਤ ਹੁੰਦੇ ਆ, ਠੀਕ ਹੈ, ਹੇਅਰ ਵਾਸਤੇ, ਬਿਕੋਜ਼ ਅਗੇਨ ਮੁਲਤਾਨੀ ਮਿੱਟੀ ਬਹੁਤ ਜ਼ਿਆਦਾ ਡਰਾਈ ਹੋਣਾ, ਫਿਰ ਤੁਹਾਨੂੰ ਉਨਾ ਟਾਈਮ ਲੱਗੂਗਾ ਕੱਢਣ ਵਾਸਤੇ। ਸੋ ਬੈਟਰ ਹੈਗਾ ਕਿ ਥੋੜ੍ਹੀ ਦੇਰ, ਜਿੰਨੀ ਦੇਰ ਤੁਹਾਨੂੰ 15-20 ਮਿੰਟ 'ਚ ਨਰਿਸ਼ਮੈਂਟ ਮਿਲਣਾ, ਉਹ ਮਿਲ ਜਾਣਾ ਹੈ, ਉਹਦੇ ਬਾਅਦ ਤੁਸੀਂ ਅੱਛੀ ਤਰ੍ਹਾਂ ਵਾਸ਼ ਕਰ ਲਓ। ਅਤੇ ਫਿਰ ਕਈ ਲੋਕਾਂ ਦੇ ਬਾਲ ਬਹੁਤ ਪਤਲੇ ਹੁੰਦੇ ਨੇ, ਝੜਦੇ ਆ, ਝੜਦੇ ਵੀ ਆ, ਪਤਲੇ ਬਹੁਤ ਹੁੰਦੇ ਆ, ਸੋ ਉਹਦੇ ਵਾਸਤੇ ਕੋਈ ਮਾਸਕ ਜਾਂ ਕੰਡੀਸ਼ਨਰ ਅਸੀਂ ਹੋਮ ਰੇਮੇਡੀਜ਼ ਯੂਜ਼ ਕਰ ਸਕਦੇ ਹਾਂ ਕਿ ਉਹਨਾਂ ਦੇ ਬਾਲ ਸਟਰੋਂਗ ਹੋ ਜਾਣ ਔਰ ਝੜਨ ਵੀ ਨਾ? ਉਹਨਾਂ ਨੂੰ ਅਸੀਂ ਕਹਿੰਦੇ ਹਾਂ ਫਾਈਨ ਹੇਅਰ। ਜਿਹੜੇ ਫਾਈਨ ਹੇਅਰ ਹੈਗੇ ਆ ਉਹ ਹੈਰੀਡੇਟਰੀ ਹੁੰਦੇ ਆ। ਅੱਛਾ ਜੀ। ਉਹਨੂੰ ਤੁਸੀਂ ਕੁਛ ਵੀ ਕਰਕੇ ਬਾਲਾਂ ਨੂੰ ਤੁਸੀਂ ਥਿੱਕ ਜਾਂ ਫਿਰ ਉਹਦਾ ਟੈਕਸਚਰ ਚੇਂਜ ਨਹੀਂ ਕਰ ਸਕਦੇ ਹੈਗੇ, ਰਾਈਟ? ਬਟ ਯਾ, ਤੁਸੀਂ ਫਾਈਨ ਹੇਅਰ 'ਚ ਕੀ ਹੁੰਦਾ ਹੈ ਕਿ ਇੱਦਾਂ ਨਹੀਂ ਕਿ ਤੁਹਾਡੇ ਬਾਲ ਨਹੀਂ ਹੁੰਦੇ, ਤੁਹਾਡੇ ਬਹੁਤ ਸਾਰੇ ਹੁੰਦੇ ਆ, ਪਰ ਕਈ ਵਾਰ ਉਹ ਕੱਟ ਲੱਗਦੇ ਆ, ਬਿਕੋਜ਼ ਤੁਹਾਡੀ ਇੱਕ ਸਟ੍ਰੈਂਡਸ ਇੰਨਾ ਪਤਲਾ ਹੁੰਦਾ ਹੈ ਨਾ, ਪਰ ਐਸ ਲੌਂਗ ਐਸ ਕਿ ਤੁਹਾਡੇ ਬਾਲ ਹੈਲਥੀ ਹੈਗੇ ਆ, ਹਾਂਜੀ, ਹੈ ਨਾ, ਸਪਲਿਟ ਐਂਡਸ ਨਹੀਂ ਹੋ ਰਹੇ ਆ, ਮੋਸਟਲੀ ਸਪਲਿਟ ਐਂਡਸ ਡਰਾਈ ਹੇਅਰ 'ਚ ਜ਼ਿਆਦਾ ਹੁੰਦੇ ਆ, ਪਰ ਫਾਈਨ ਹੇਅਰ 'ਚ ਵੀ ਕਈ ਵਾਰ ਅਗਰ ਅਸੀਂ ਜਿੱਦਾਂ ਰੋਜ਼ ਸਟ੍ਰੇਟਨਿੰਗ ਵਗੈਰਾ ਕਰਦੇ ਹਾਂ, ਹੀਟ ਲਾਉਂਦੇ ਹਾਂ, ਰਾਈਟ? ਉਹਦੇ ਨਾਲ ਸਾਡੇ ਡੈਮੇਜ ਹੋ ਜਾਂਦੇ ਆ ਐਂਡ। ਸੋ ਮੈਂ ਪੁੱਛਣਾ ਚਾਹਾਂਗੀ, ਸੋਰੀ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ, ਸੋ ਮੈਂ ਪੁੱਛਣਾ ਚਾਹਾਂਗੀ, ਜਿਸ ਲਈ ਅਸੀਂ ਸਟ੍ਰੇਟਨਰ ਯੂਜ਼ ਕਰਦੇ ਹਾਂ ਜਾਂ ਕਰਲਰ ਯੂਜ਼ ਕਰਦੇ ਹਾਂ, ਸੋ ਸਾਨੂੰ ਕੀ ਯੂਜ਼ ਕਰਨਾ ਚਾਹੀਦਾ ਪਹਿਲਾਂ ਕਿ ਸਾਡੇ ਬਾਲ ਬਰਨ ਨਾ ਹੋਣ, ਡਰਾਈ ਨਾ ਹੋਣ ਔਰ ਸੇਫ ਰਹਿਣ, ਪ੍ਰੋਟੈਕਟ ਰਹਿਣ? ਹਾਂਜੀ,
ਅਗਰ ਜਿੱਦਾਂ ਕਿ ਅਸੀਂ ਕਹਿ ਰਹੇ ਸੀ ਅਗਰ ਤੁਸੀਂ ਘਰੇਲੂ ਨੁਸਖਾ ਕਰਨਾ ਹੈ ਤਾਂ ਤੁਸੀਂ ਕੋਕੋਨਟ ਓਇਲ ਦੀ ਅਗਰ ਮਸਾਜ ਕਰਕੇ ਵਾਸ਼ ਕਰਦੇ ਹਾਂ ਤੁਹਾਡੇ ਸਟਿਲ ਥੋੜ੍ਹੀ ਬਹੁਤ ਕੋਟਿੰਗ ਤੁਹਾਡੇ ਹੇਅਰ 'ਚ ਰਹਿੰਦੀ ਆ ਉਹਦੇ ਬਾਅਦ ਜਦੋਂ ਤੁਸੀਂ ਸਟ੍ਰੇਟਨ ਕਰਦੇ ਹਾਂ ਤੁਸੀਂ ਟੋਟਲੀ ਡੈਮੇਜ ਨਹੀਂ ਕਰ ਰਹੇ ਹਾਂ ਬਿਕੋਜ਼ ਉਹ ਵਾਲ 'ਚ ਆਲਰੇਡੀ ਕੋਟਿੰਗ ਹੈਗੀ ਆ ਹਾਂਜੀ ਵੈਸੇ ਅਵੋਇਡ ਕਰੋ ਕਿ ਬਹੁਤ ਜ਼ਿਆਦਾ ਤੁਹਾਨੂੰ ਨਾ ਸਟ੍ਰੇਟਨਿੰਗ ਜਾਂ ਕਰਲਿੰਗ ਕਰਨੀ ਪਵੇ ਕਈ ਤਰ੍ਹਾਂ ਦੇ ਮਾਰਕੀਟ 'ਚ ਹੁਣ ਸੀਰਮਸ ਅਵੇਲੇਬਲ ਹੈਗੇ ਆ ਜਿਹੜੇ ਅਗੇਨ ਇਟਸ ਲਾਈਕ ਅ ਓਇਲ ਜਿਹੜੇ ਤੁਹਾਡੀ ਕੋਟਿੰਗ ਦਿੰਦੇ ਆ ਸੋ ਤੁਸੀਂ ਜਾਂ ਤਾਂ ਉਹ ਬਾਏ ਕਰਕੇ ਫਰੈਸ਼ ਸਪਰੇ ਕਰ ਸਕਦੇ ਆ ਜਿਹੜੇ ਥੋੜ੍ਹੇ ਜਿਹੇ ਘੱਟ ਗ੍ਰੀਸੀ ਹੁੰਦੇ ਆ ਕੋਕੋਨਟ ਓਇਲ ਨਾਲੋਂ ਹਾਂਜੀ ਬਿਕਾਜ਼ ਕੋਕੋਨਟ ਓਇਲ ਪਿਓਰ ਓਇਲ ਹੈਗਾ ਤਾਂ ਆਲਵੇਜ਼ ਗ੍ਰੀਸੀਅਰ ਹੋਊਗਾ ਜ਼ਿਆਦਾ ਜਿਹੜੇ ਮਾਰਕੀਟ 'ਚ ਪ੍ਰੋਡਕਟ ਮਿਲਦੇ ਆ ਉਹਦੇ 'ਚ ਹੋਰ ਵੀ ਚੀਜ਼ਾਂ ਪਾਈਆਂ ਹੁੰਦੀਆਂ ਸੈਂਟ ਪਾਇਆ ਹੁੰਦਾ ਐਲਕੋਹਲ ਪਾਇਆ ਹੁੰਦੀ ਹੈ ਰਾਈਟ ਸੋ ਉਹ ਥੋੜ੍ਹੀ ਜਿਹੀ ਤੁਸੀਂ ਲਾ ਕੇ ਉਹ ਡਰਾਈ ਹੋ ਕੇ ਫਿਰ ਤੁਹਾਡੇ ਵਾਲ ਡਰਾਈ ਹੋ ਜਾਂਦੇ ਗ੍ਰੀਸੀ ਨਹੀਂ ਲੱਗਦੇ ਆ ਸੋ ਉਹ ਤੁਸੀਂ ਜਿਹੜੇ ਵੀ ਪ੍ਰੋਡਕਟਸ ਮਿਲਦੇ ਹੈਗੇ ਮਾਰਕੀਟ 'ਚ ਉਹਦੇ 'ਚ ਲਿਖਿਆ ਹੋਊਗਾ ਕਿ ਫੋਰ ਫਲੈਟ ਆਇਰਨਿੰਗ ਸੀਰਮ ਔਰ ਯੂ ਨੋ ਸਪਰੇ ਔਰ ਸਮਥਿੰਗ ਨਾਲੇ ਜਦੋਂ ਸਟ੍ਰੇਟਨਰ ਯੂਜ਼ ਕਰਨ ਤੋਂ ਪਹਿਲਾਂ ਜਿਹੜੇ ਪ੍ਰੋਡਕਟ ਹੁੰਦੇ ਉਹ 'ਚ ਕਿੰਨੀ ਡਿਗਰੀ ਹੁੰਦੀ ਫਾਰਨਹੀਟ ਕਿ ਅਸੀਂ ਆਪਣੇ ਵਾਲਾਂ ਨੂੰ ਇੰਨੀ ਹੀਟ ਤੱਕ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਦੀ ਜਨਰੇਸ਼ਨ ਜ਼ਿਆਦਾ ਹੁੰਦੀ ਹੈ ਪਰ ਆਲ ਸੇ ਕਿ ਤੁਸੀਂ ਟਰਾਈ ਕਰੋ ਕਿ ਮੀਡੀਅਮ ਤੋਂ ਹਾਈ ਦੇ ਵਿੱਚ ਰੱਖੋ ਪੂਰਾ ਟੋਟਲੀ ਹਾਈ ਤਾਂ ਨਾ ਲਾ ਕੇ ਜਾਓ ਸਿਰਫ ਅਸੀਂ ਉਹ ਹਾਈ ਕੀ ਕਰਦਾ ਹੈਗਾ ਤੁਹਾਡਾ ਫਾਸਟਰ ਕਰਦਾ ਹੈ ਹਾਂਜੀ ਇਹ ਨਹੀਂ ਕਿ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਕਰਦਾ ਉਹ ਬਰਨ ਕਰ ਦਿੰਦਾ ਹੈਗਾ ਮੀਡੀਅਮ 'ਚ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ ਤੁਹਾਨੂੰ ਮੇ ਬੀ ਦੋ ਵਾਰ ਲਾਉਣਾ ਪਊਗਾ ਇੱਕ ਵਾਰ ਇੱਕ ਜੇ ਸਟੈਂਡ ਨੂੰ ਰਾਈਟ ਪਰ ਉਹ ਤੁਹਾਡੀ ਹੈਲਪ ਕਰੂਗਾ ਕਿ ਬ੍ਰੇਕ ਨਾ ਹੋਣ ਸਪਲਿਟ ਟੈਨਿਸ ਨਾ ਹੋਣ ਮੇਰਾ ਇੱਕ ਕੁਐਸਚਨ ਹੈਗਾ ਕਿ ਇੱਥੇ ਬਹੁਤ ਲੇਡੀਜ਼ ਮੈਂ ਦੇਖਿਆ ਕਿ ਉਹਨਾਂ ਦੇ ਬਿਲਕੁਲ ਜਿੱਦਾਂ ਬਾਲਡਨੈਸ ਹੋ ਜਾਂਦਾ ਆ ਹਾਂਜੀ ਸੋ ਜ਼ਿਆਦਾ ਏਜ ਵੀ ਨਹੀਂ ਹੁੰਦੀ ਅਤੇ ਫਿਰ ਮੈਨੂੰ ਦੇਖ ਕੇ ਬੜਾ ਫੀਲ ਹੁੰਦਾ ਕਿ ਕੁਛ ਨਾ ਕੁਛ ਉਹਨਾਂ ਵਾਸਤੇ ਹੋਣਾ ਚਾਹੀਦਾ ਹੈ ਕਿ ਕਰਨਾ ਚਾਹੀਦਾ ਕਿ ਛੋਟੀ ਉਮਰੇ ਬਾਲ ਨਾ ਚਲ ਜਾਣ ਜਿੱਦਾਂ ਹਾਂਜੀ ਬਾਲਨੈਸ ਦੀ ਹੈਗੀ ਅਗਰ ਅਸੀਂ ਗੱਲ ਕਰਨ ਜਾਈਏ ਤਾਂ ਬਹੁਤ ਬੜਾ ਟੋਪਿਕ ਹੋ ਸਕਦਾ ਹੈਗਾ ਕਈ ਰੀਜ਼ਨਸ ਹੈਗੇ ਆ ਪਹਿਲਾ ਹੈਗਾ ਜੈਨੇਟਿਕ ਹੈਗਾ ਹੈ ਹਾਂਜੀ ਆਲ ਸੇ ਕਿ 90% ਜਿਹੜੀ ਵੀ ਵਿਮੈਨ ਬਾਲਡ ਹੁੰਦੀਆਂ ਬਿਕੋਜ਼ ਵੁਮੈਨ ਜਲਦੀ ਨਹੀਂ ਬਾਲਡ ਹੁੰਦੀਆਂ ਮੈਨਸ ਬਾਲਨੈਸ ਜ਼ਿਆਦਾ ਕਾਮਨ ਹੈਗੀ ਆ ਵਿਮੈਨ ਬਹੁਤ ਘੱਟ ਹੁੰਦੀ ਹੈ ਬਟ ਇਟਸ ਅਗੇਨ ਜੈਨੇਟਿਕ ਇਟ ਵਿਲ ਸਟਾਰਟ ਲੇਟ ਇਨ ਲਾਈਫ ਰਾਈਟ ਕਾਫੀ ਲੇਟ ਸਟਾਰਟ ਹੁੰਦਾ ਹੈਗਾ ਔਰ ਬਹੁਤ ਘੱਟ ਲੋਕਾਂ ਦਾ ਹੁੰਦਾ ਹੈ ਪਰ ਅਗਰ ਤੁਹਾਡੇ ਜੈਨੇਟਿਕਸ 'ਚ ਹੈਗਾ ਹੈ ਤੁਸੀਂ ਉਹਨੂੰ ਅਵੋਇਡ ਨਹੀਂ ਕਰ ਸਕਦੇ ਹਾਂ ਪਰ ਤੁਸੀਂ ਉਹਨੂੰ ਪੁਸ਼ ਬੈਕ ਕਰ ਸਕਦੇ ਹਾਂ ਅੱਛੀ ਟ੍ਰੀਟਮੈਂਟ ਕਰਕੇ ਸੋ ਤੁਸੀਂ ਸ਼ੁਰੂ ਤੋਂ ਅਗਰ ਆਪਣੇ ਹੇਅਰ ਨੂੰ ਸਭ ਤੋਂ ਬੜੀ ਗੱਲ ਹੈਗੀ ਇਹਦੇ 'ਚ ਡਾਇਟ ਬਿਲਕੁਲ ਯੂ ਨੋ ਅਗੇਨ ਹੈਲਥ ਸੋ ਅਗਰ ਤੁਹਾਡੀ ਤੁਸੀਂ ਆਪਣੀ ਹੈਲਥ ਠੀਕ ਰੱਖਦੇ ਹਾਂ ਹੈਲਥ ਦੇ ਨਾਲ ਮੇਰਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਜਿਮ ਜਾ ਕੇ ਮਸਲਸ ਬਣਾਓ ਉਹਨੂੰ ਹੈਲਥ ਕਹਿੰਦੇ ਆ ਉਹਨੂੰ ਹੈਲਥ ਨਹੀਂ ਕਹਿੰਦੇ ਆ ਤੁਹਾਡੀ ਬਾਡੀ 'ਚ ਇਲਨੈਸ ਨਹੀਂ ਆ ਉਹ ਇੱਕ ਪਾਰਟ ਹੈਗਾ ਬਟ ਜੋ ਅਸੀਂ ਖਾਂਦੇ ਹਾਂ ਉਹਦਾ ਜ਼ਿਆਦਾ ਹਾਂਜੀ ਉਹਦਾ ਜ਼ਿਆਦਾ ਡਿਪੈਂਡ ਹੈਗਾ ਉਹਦੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਬਚਾ ਸਕਦੇ ਹਾਂ ਲੌਂਗਰ ਟਾਈਮ ਲਈ ਬਾਲਡ ਹੋਣ ਤੋਂ ਜਿਹਦੇ 'ਚ ਜਿੱਦਾਂ ਤੁਸੀਂ ਕੈਸਟਰ ਓਇਲ ਦੇ ਬਾਰੇ ਪਹਿਲਾਂ ਪੁੱਛਿਆ ਸੀਗਾ ਕੈਸਟਰ ਓਇਲ ਹੈਲਪਸ ਅ ਲੋਟ ਇਨ ਹੇਅਰ ਗਰੋਥ ਅੱਛਾ ਜੀ ਸੋ ਅਗਰ ਤੁਸੀਂ ਉਹ ਯੰਗ ਹੁੰਦੇ ਹੀ ਲਾਉਣੇ ਸ਼ੁਰੂ ਕਰ ਦੋਗੇ ਤੁਹਾਨੂੰ ਲੱਗਦਾ ਕਿ ਤੁਹਾਡੀ ਫੈਮਿਲੀ 'ਚ ਹੈਗਾ ਹੈ ਰਾਈਟ ਕੈਸਟਰ ਓਇਲ ਕੁਛ ਖਰਾਬ ਤਾਂ ਕਰਨ ਨਹੀਂ ਲੱਗਾ ਹੈਗਾ ਜਦੋਂ ਤੁਹਾਨੂੰ ਥਿਨਿੰਗ ਲੱਗਣ ਲੱਗ ਗਈ ਕਿ ਹੁਣ ਤੁਹਾਡੇ ਹੇਅਰ ਥਿਨ ਹੋ ਰਹੇ ਹੈਗੇ ਤੁਸੀਂ ਉਹਦੇ ਸਪੈਸ਼ਲ ਸ਼ੈਂਪੂ ਲਓ ਥਿਨਿੰਗ ਸ਼ੈਂਪੂਸ ਮਿਲਦੇ ਆ ਪ੍ਰੋਫੈਸ਼ਨਲ ਦੇ ਸਪਾਸ 'ਚ ਸਲੋਨ 'ਚ ਜਾ ਕੇ ਲੈ ਸਕਦੇ ਆ ਤੁਸੀਂ ਜਿਹੜਾ ਸਾਡਾ ਸਹਾਰਾ ਹੋਈ ਸੀ ਬਾਕੀ ਵੇਟਿੰਗ 'ਤੇ ਹੈਗਾ ਉੱਥੇ ਵੀ ਸਾਡੇ ਕੋਲ ਥਿਨਿੰਗ ਸ਼ੈਂਪੂਸ ਹੈਗੇ ਆ ਓਕੇ ਸੋ ਦੈਟ ਹੈਲਪਸ ਉਹਦੇ 'ਚ ਜਿਹੜੇ ਕਾਫੀ ਕੱਟ ਸਲਫਰ ਹੁੰਦਾ ਬਿਕੋਜ਼ ਮੋਸਟਲੀ ਜਿਹੜਾ ਅਸੀਂ ਸ਼ੈਂਪੂ ਕੰਡੀਸ਼ਨਰ ਮਾਰਕੀਟਸ ਤੋਂ ਲੈ ਲੈਂਦੇ ਹੈਗੇ ਆ ਉਹਨਾਂ 'ਚ ਕਾਫੀ ਸਲਫਰ ਹੁੰਦਾ ਹੈ ਇਹ ਤਾਂ ਹੈ ਉਹਦੇ ਨਾਲ ਕਾਫੀ ਡੈਮੇਜ ਹੁੰਦਾ ਹੈ ਤੁਹਾਡੇ ਹੇਅਰ ਰਾਈਟ ਸੋ ਤੁਸੀਂ ਸਲਫਰ ਫਰੀ ਸ਼ੈਂਪੂ ਕੰਡੀਸ਼ਨਰ ਯੂਜ਼ ਕਰੋ ਅਗਰ ਤੁਹਾਨੂੰ ਪਤਾ ਹੈ ਕਿ ਥਿਨਿੰਗ ਹੋਣ ਵਾਲੀ ਹੈਗੀ ਆ ਠੀਕ ਹੈ ਜੀ ਆਪਣੀ ਡਾਇਟ ਦਾ ਖਿਆਲ ਰੱਖੋ ਅਤੇ ਉਹਦੇ ਵਿੱਚ ਕਾਇੰਡ ਆਫ ਕਿਸ ਤਰ੍ਹਾਂ ਦੇ ਵਿਟਾਮਿਨਸ ਵਗੈਰਾ ਜ਼ਿਆਦਾ ਇਨਕਲੂਡ ਕਰਨੇ ਚਾਹੀਦੇ ਹੈ ਕਿ ਜਿਹਦੇ ਨਾਲ ਤੁਹਾਡੇ ਵਾਲ ਸਟਰੋਂਗ ਰਹਿਣ ਆਲ ਸੇ ਵਿਟਾਮਿਨ ਈ ਵਿਟਾਮਿਨ ਈ ਪਲੇਜ਼ ਅ ਬਿਗ ਰੋਲ ਇਨ ਹੇਅਰ ਰਾਈਟ ਹੇਅਰ ਗਰੋਥ ਸੋ ਤੁਸੀਂ ਵਿਟਾਮਿਨ ਈ ਆਪਣੇ ਫੂਡ ਚੈੱਕ ਕਰੋ ਇਨਵੋਲਵ ਅਗਰ ਤੁਹਾਡੀ ਲਾਈਫ ਬਿਜ਼ੀ ਹੈ ਔਰ ਨਹੀਂ ਕਰ ਸਕਦੇ ਹਾਂ ਤਾਂ ਤੁਸੀਂ ਸਪਲੀਮੈਂਟਸ ਵੀ ਲੈ ਸਕਦੇ ਹਾਂ ਵਿਟਾਮਿਨ ਸੀ ਲੈ ਸਕਦੇ ਹੈਗੇ ਵਿਟਾਮਿਨ ਏ ਲੈ ਸਕਦੇ ਹੈਗੇ ਦੈਟ ਆਲਸੋ ਹੈਲਪ ਵਿਦ ਆਈਜ਼ ਐਂਡ ਹੇਅਰ ਰਾਈਟ ਸੋ ਮੈਂ ਪੁੱਛਣਾ ਸੀਗਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਦੇਖੋ ਤੇ ਹਰ ਰੋਜ਼ ਨਵੇਂ ਰੰਗ ਦੇ ਬਾਲ ਕੀਤੇ ਹੁੰਦੇ ਨੇ ਹਾਂਜੀ ਸੋ ਖਾਸ ਕਰ ਅੱਜ ਕੱਲ੍ਹ ਦੀਆਂ ਬੱਚੀਆਂ ਦੇ ਤੁਸੀਂ ਦੇਖੋਗੇ ਇੱਕ ਮਹੀਨੇ ਹੋਰ ਰੰਗ ਬਾਲ ਅਤੇ ਇੱਕ ਦੂਸਰੇ ਮਹੀਨੇ ਹੋਰ ਰੰਗ ਦੇ ਬਾਲ ਕੀਤੇ ਹੁੰਦੇ ਨੇ ਸੋ ਕੀ ਇਹ ਵੀ ਬਾਲਾਂ 'ਤੇ ਅਸਰ ਪਾਉਂਦਾ ਹੈ ਨੋਟ ਐਜ਼ ਮੱਚ ਨੋਟ ਰੀਅਲੀ ਬਿਕੋਜ਼ ਜਦੋਂ ਅਸੀਂ ਪੁਰਾਣੇ ਜ਼ਮਾਨੇ 'ਚ ਜਦੋਂ ਮਹਿੰਦੀ ਵੀ ਲਾਉਂਦੇ ਹੁੰਦੇ ਸੀਗੇ ਰਾਈਟ ਮਹਿੰਦੀ ਤਾਂ ਇੱਦਾਂ ਵੀ ਤੁਹਾਡੇ ਹੇਅਰ ਲਈ ਬਹੁਤ ਚੰਗੀ ਹੈਗੀ ਆ ਪਰ ਉਹ ਤੁਹਾਡੇ ਹੇਅਰ ਦੇ ਸਟੈਂਡ ਨੂੰ ਕੋਟ ਕਰ ਦਿੰਦੇ ਸੀਗੇ ਰਾਈਟ ਉਹਦੇ ਬਾਅਦ ਤੁਸੀਂ ਜਿੰਨੀ ਮਰਜ਼ੀ ਲਾਈ ਜਾਓ ਹਾਂਜੀ ਕੁਛ ਨਹੀਂ ਹੁੰਦਾ ਸੀਗਾ ਉਹਦੇ ਨਾਲ ਰਾਈਟ ਉਹੀ ਕਲਰ ਤੁਹਾਡਾ ਡਾਰਕ ਹੋ ਗਿਆ ਲੈਸ ਹੋ ਗਿਆ ਹੈ ਨਾ ਸੋ ਸੇਮ ਥਿੰਗ ਕਲਰਸ ਵੀ ਜਿਹੜੇ ਹੈਗੇ ਆ ਮੈਂ ਨਹੀਂ ਇਹ ਕਹਿ ਰਹੀ ਕਿ ਕਲਰਸ ਬਹੁਤ ਅੱਛੀ ਚੀਜ਼ ਹੈਗੀ ਆ ਕਈ ਚੀਜ਼ ਜਿਹੜੇ ਬਲੀਚ ਵਗੈਰਾ ਕਰਦੇ ਹਾਈਲਾਈਟਸ ਵਗੈਰਾ ਕਰਨ ਵਾਸਤੇ ਉਹ ਡੈਮੇਜ ਕਰਦੇ ਆ ਪਰ ਅਗਰ ਤੁਸੀਂ ਸਿੰਪਲ ਕਲਰ ਆਪਣੇ ਗ੍ਰੇ ਕਵਰੇਜ ਲਈ ਲਾ ਰਹੇ ਹਾਂ ਜਾਂ ਆਪਣੀ ਡਿਫਰੈਂਟ ਲੁੱਕ ਲਈ ਲਾ ਰਹੇ ਹੈਗੇ ਰਾਈਟ
So, ek bar color karo ya 10 bar color karo, all you're doing is tusi apne stand de utte layers chada rahe hai ke, that's about it. Yeah, yeah. Ode naal e hunda ki thode hair is prone to damage easily. Jadon tusi straighten karde ho, inni thick hunde hai ki o bristle ho ke tut sakde hai ke, right? So, that's the only thing. Avoid kar sakde hai karo. Hanji. But I'll say, yeah, life is short. Enjoy your life. Agar tonu lagda hai ki tusi color karke khush hunde hai, ta main puchna si ga tusi keh rahe ho mehndi balan nu lagani achhi hundi hai, but main apna experience dasdi ha, main hair spa gayi ha te unhan ne keha ki mehndi lagan de naal baal damage ho jande hai. Ki eh sach hai? Nahi, bilkul bhi nahi. Because in jede sade jida asi pehla shuru ka acche gal kiti si show de ki jine bhi home remedies hundiyan si gayan oh bahut hi wapas aa rahi han fir to, because oh kafi healthy hai gaya jehdi ki mehndi hai gaya, it's a cooling and cleansing ek conditioner bhi hai gaya mehndi de jehde leaves hunde ode jehde oil nikalde hai gaya oh as a conditioner sade hair nu sade follicles nu milda hai gaya. So mehndi da mask lagauna not just to color your hair. ਅੱਜਕੱਲ ਕਹਿ ਰਹੇ ਲੋਕ ਕਿ ਤੁਸੀਂ ਮਹਿੰਦੀ ਸਿਰਫ 10 ਮਿੰਟ ਹੇਅਰ 'ਚ ਲਾ ਕੇ ਵਾਸ਼ ਕਰ ਲਓ ਅਤੇ ਤੁਹਾਡੇ ਹੇਅਰ ਕੰਡੀਸ਼ਨ ਹੋ ਜਾਂਦੀ ਹੈ. ਅਗਰ ਤੁਸੀਂ ਕਲਰ ਨਹੀਂ ਕਰਨਾ ਚਾਹੁੰਦੇ ਹਾਂ, ਬਿਕੋਜ਼ ਪਹਿਲਾਂ ਅਸੀਂ ਦੋ ਘੰਟੇ ਡੇਢ ਘੰਟੇ ਆਈ ਰਿਮੈਂਬਰ ਆਈ ਯੂਜ਼ ਟੂ ਕਲਰ ਮਾਈ ਹੇਅਰ ਵਿਦ ਦੈਟ, ਰਾਈਟ? ਕਈ ਸਾਲ ਤੱਕ ਮੈਂ ਕੀਤਾ ਜਦ ਤੱਕ ਕਿ ਕਿਉਂਕਿ ਮਹਿੰਦੀ ਠੰਡੀ ਵੀ ਹੁੰਦੀ ਹੈ, ਹਾਂਜੀ, ਫਿਰ ਮੈਨੂੰ ਉਹਦੇ ਨਾਲ ਮਾਈਗ੍ਰੇਨਸ ਵਗੈਰਾ ਦੀ ਥੋੜ੍ਹੀ ਜਿਹੀ ਪ੍ਰੋਬਲਮ, ਹੈਡੇਕ ਹੋਣ ਲੱਗ ਗਈ ਅਤੇ ਮੈਨੂੰ ਬੰਦ ਕਰਨਾ ਪਿਆ ਐਂਡ ਕਲਰਸ 'ਤੇ ਜਾਣਾ ਪਿਆ, ਪਰ ਆਈ ਵਿਲ ਆਲਵੇਜ਼ ਗੋ ਬੈਕ ਟੂ ਮਹਿੰਦੀ ਇਫ ਆਈ ਕੈਨ. ਅੱਛਾ, ਹੋਰ ਕੀ ਤੁਸੀਂ ਗੁੱਡ ਹੈਲਥ ਟਿਪ ਦੇਣਾ ਚਾਹੋਗੇ ਅੱਜ? ਗੁੱਡ ਹੈਲਥ ਇਹੀ ਕਹੋਗੇ ਕਿ ਆਪਣੇ ਆਪ ਨੂੰ ਹੈਲਥੀ ਰੱਖੋ, ਅਵੇਅਰ ਹੋ ਚੀਜ਼ਾਂ ਦੇ, ਰਾਈਟ? ਗੋਇੰਗ ਟੂ ਹੈਲਥ, ਆਈ ਕੈਨ ਆਲਵੇਜ਼ ਸੇ ਲਾਈਕ ਯੂ ਨੋ ਹੈਲਥ ਹੈਲਥ ਹੈ ਕੀ ਚੀਜ਼, ਰਾਈਟ? ਹੈਲਥ ਇਜ਼ ਵੈਲਥ, ਲਾਈਕ ਪੀਪਲ ਸੇ. ਸੋ ਇਹ ਸੱਚ ਹੀ ਸਾਡੀ ਵੈਲਥ ਹੈਗੀ ਹੈ. ਅਸੀਂ ਬਾਕੀ ਵੈਲਥ ਵੱਲ ਭੱਜਦੇ ਹਾਂ, ਕਈ ਚੀਜ਼ਾਂ ਵੱਲ ਭੱਜਦੇ ਹੈਗੇ ਲਾਈਫ 'ਚ, ਰਾਈਟ? ਉਹ ਸਾਡੇ ਕੰਮ ਨਹੀਂ ਆਉਣੀ. ਜਿਹੜੀ ਸਾਡੀ ਆਹ ਹੈਲਥ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਸਾਡਾ ਮੰਦਰ ਆ, ਇਹਦੀ ਦੇਖ ਰੇਖ ਕਰੋ. ਐਗਜੈਕਟਲੀ, ਕਿ ਅਸੀਂ ਅਗਰ ਕਿਸੇ ਨੂੰ ਮਿਲਦੇ ਹਾਂ, ਅਸੀਂ ਸੋਸ਼ਲ 'ਚ ਜਾਂਦੇ ਹਾਂ, ਕਿਸੇ ਨਾਲ ਵੀ ਮਿਲਦੇ ਹਾਂ, ਅਤੇ ਅਸੀਂ ਉਸ ਬੰਦੇ ਨਾਲ ਮਿਲਦੇ ਹਾਂ, ਨਾ ਕਿ ਬੈਂਕ ਬੈਲੈਂਸ ਨਾਲ. ਐਗਜੈਕਟਲੀ, ਹੈ ਨਾ ਜੀ? ਜਾਂ ਅਸੀਂ ਆਪਣੇ ਬੱਚਿਆਂ ਨਾਲ ਹੁੰਦਾ ਹੈ, ਜਾਂ ਅਸੀਂ ਆਪਣੇ ਪਰਿਵਾਰ ਨਾਲ, ਜਾਂ ਫਰੈਂਡਸ ਨਾਲ, ਹੈ ਨਾ? ਸੋ ਇਹ ਤੁਸੀਂ ਬਹੁਤ ਸਹੀ ਕਿਹਾ ਕਿ ਹੈਲਥ ਇਜ਼ ਵੈਲਥ. ਹੈਲਥ ਇਜ਼ ਵੈਲਥ, ਹੈ ਨਾ? ਸੋ ਗੋਇੰਗ ਬੈਕ ਟੂ ਹੈਲਥ, ਹੈਲਥ ਕੀ ਚੀਜ਼ ਹੈਗੀ ਆ? ਹਾਂਜੀ, ਲਾਈਕ ਆਈ ਸੈਡ ਬਿਫੋਰ, ਹੈਲਥ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿਮ 'ਚ ਜਾ ਕੇ ਆਪਣੇ ਮਸਲਸ ਬਣਾ ਲਓ ਅਤੇ ਉਹ ਹੈਲਥ ਹੋ ਗਈ, ਗੁੱਡ ਹੈਲਥ ਹੋ ਗਈ. ਨੋ, health is a state of physical, mental and social well-being, right? jede ch assi time time na thonu unna de professionals nu bhi health professionals nu leke aavange jede thode body health and mental health and physical health, I mean mental health and social well-being de bare gal karange. Bilkul, sanu inni knowledge nahi hegi, par jinni bhi hegi assi naal di naal thoda bahut share karange, kyunki eh bahut important hega, kyunki sada jada culture hega, sada tradition hega, sadiyan ladies kise na khul ke gal nahi kardiyan. ਤੋ ਅਗਰ ਕਿਸੇ ਨੂੰ ਕਹੋ ਵੀ ਕੀ ਆ ਤੁਹਾਡਾ ਕੋਈ ਡਿਪਰੈਸ਼ਨ ਦੀ ਪ੍ਰੋਬਲਮ ਆ ਜਾਂ ਤੁਹਾਨੂੰ ਸਾਈਕੋਲੋਜਿਸਟ ਕੋਲ ਜਾਣਾ ਚਾਹੀਦਾ, ਅਤੇ ਘਰ ਵਾਲੇ ਕਹਿ ਦਿੰਦੇ ਆ ਅਸੀਂ ਆਪਣੀ ਡਰਟੀ ਲਾਂਡਰੀ ਕਿਸੇ ਨੂੰ ਨਹੀਂ ਦਿਖਾਉਣੀ, ਹਾਂਜੀ, ਦੈਨ ਲੇਡੀਜ਼ ਘੁੱਟ ਘੁੱਟ ਕੇ ਅੰਦਰ ਹੀ ਖਤਮ ਹੋ ਜਾਂਦੀਆਂ. ਹਾਂਜੀ, ਸੋ ਦੇਖਣ ਦੀ ਗੱਲ ਹੈ ਕਿ ਇੱਥੇ ਹੀ ਨਹੀਂ, ਇੰਡੀਆ 'ਚ ਵੀ ਇੱਦਾਂ ਹੀ ਆ. ਸੋ ਜੋ ਵੀ ਹੈ, ਅਸੀਂ ਆਪਣੇ ਵਿਨੀਪੈਗ ਦੇ ਲਿਸਨਰਸ ਨੂੰ ਇਹ ਸੁਨੇਹਾ ਦੇਣਾ ਚਾਹਾਂਗੇ ਕਿ ਜਿੰਨੀ ਵੀ ਸਟ੍ਰੈਸ ਲੇਡੀਜ਼ ਨੂੰ ਹੁੰਦੀ ਹੈ, ਉਹਨੂੰ ਉਹਨਾਂ ਦੇ ਕਪਲ ਜੋ ਹੁੰਦੇ, ਉਹਨਾਂ ਦੇ ਹਸਬੈਂਡ ਨੂੰ ਸ਼ੇਅਰ ਕਰਨਾ ਚਾਹੀਦਾ, ਘਰ ਦੇ ਫੈਮਿਲੀ ਮੈਂਬਰਸ ਨੂੰ ਨਾਲ ਬੈਠ ਕੇ ਸਾਰਿਆਂ ਨਾਲ ਹਰ ਗੱਲਬਾਤ ਸ਼ੇਅਰ ਕਰਨੀ ਚਾਹੀਦੀ. ਦਿਨ ਦੇ ਵਿੱਚ ਇੱਕ ਘੰਟਾ ਸਾਰਾ ਪਰਿਵਾਰ ਇਕੱਠਾ ਬੈਠ ਕੇ ਡਿਸਕਸ ਕਰਨ ਹਰ ਗੱਲ ਨੂੰ, ਤਾਂ ਕਿ ਕਿਸੇ ਵੀ ਬੱਚੇ ਦੇ ਮਨ 'ਚ ਜਾਂ ਵਾਈਫ ਦੇ ਮਨ 'ਚ ਜਾਂ ਹਸਬੈਂਡ ਦੇ ਮਨ 'ਚ ਕੋਈ ਗਿਲਾ ਸ਼ਿਕਵਾ ਨਾ ਰਹਿ ਜਾਏ. ਸੋ ਇਹਦੇ ਨਾਲ ਜਿਸ ਵੇਲੇ ਘਰ 'ਚ ਸਟ੍ਰੈਸ ਨਹੀਂ ਹੈ ਅਤੇ ਹੈਲਥ ਦੇ ਵਾਸਤੇ ਉਹ ਬਹੁਤ ਹੈਲਪਫੁਲ ਹੁੰਦਾ ਆ. ਹਾਂਜੀ, ਡੈਫੀਨੇਟਲੀ. ਸੋ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਕਿ ਅੱਜ ਸਾਡਾ ਵਿਸ਼ੇ ਹੈਗਾ ਟੂਰਿਜ਼ਮ ਵਾਸਤੇ ਮਿਊਜ਼ੀਅਮ, ਚਿਲਡਰਨ ਮਿਊਜ਼ੀਅਮ. ਸੋ ਤੁਸੀਂ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਹਾਂਜੀ, ਵੈਲ ਆਈ ਡੋਨਟ ਨੋ ਕਿੰਨਿਆਂ ਲੋਕਾਂ ਨੂੰ ਪਤਾ ਹੈ, ਪਰ ਬੱਚਿਆਂ ਵਾਸਤੇ ਬਹੁਤ ਹੀ ਸੋਹਣਾ ਮੈਨਟੋਬਾ 'ਚ ਚਿਲਡਰਨਸ ਮਿਊਜ਼ੀਅਮ ਬਣਿਆ ਹੋਇਆ ਹੈਗਾ. ਛੁੱਟੀਆਂ ਆ ਰਹੀਆਂ ਨੇ. ਹਾਂਜੀ, ਜਿਹੜਾ ਕਿ ਫੋਰਕਸ 'ਤੇ ਹੈਗਾ. ਹਾਂਜੀ, ਉੱਥੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਓ. ਕਾਫੀ ਐਕਟੀਵਿਟੀਜ਼ ਹੈਗੀ ਹੈ, ਨਵੰਬਰ 12 ਤੋਂ ਲੈ ਕੇ ਜਨਵਰੀ 7 ਤੱਕ ਐਵਰੀ ਡੇ ਉੱਥੇ ਬੱਚਿਆਂ ਵਾਸਤੇ ਕੋਈ ਨਾ ਕੋਈ ਐਕਟੀਵਿਟੀ ਹੈਗੀ ਹੈ. ਸਟੇਜ ਲਾਈਕ ਪਲੇਜ਼ ਹੈਗੇ ਆ, ਨਰਸਰੀ ਰਾਈਮਸ ਵਗੈਰਾ ਹੈਗੀਆਂ, ਛੋਟੇ ਬੱਚਿਆਂ ਤੋਂ ਲੈ ਕੇ ਟੋਡਲਰਸ ਤੋਂ ਲੈ ਕੇ ਬੜਿਆਂ ਲਈ ਸਾਰਾ ਕੁਛ ਹੈਗਾ ਹੈ. ਸਪੈਸ਼ਲੀ ਫੋਰ ਟੋਡਲਰ ਮੰਡੇ ਨੂੰ ਡਿਸੰਬਰ 12 ਤੋਂ ਸ਼ੁਰੂ ਕਰ ਰਿਹਾ ਹੈਗਾ, ਫਰੋਮ 10 ਟੂ 2 PM ਸਟੋਰੀ ਟਾਈਮ ਹੋਊਗੀ ਇਹਨਾਂ ਦੀ.
ਟੋਡਲਰਸ ਦੀ ਐਕਟੀਵਿਟੀ ਸੌਂਗੀ ਹਾਂਜੀ ਤੇ ਪਲੱਸ ਇਹਨਾਂ ਨੂੰ ਥੋੜ੍ਹਾ ਜਿਹਾ ਪਲੇਅ ਵੀ ਕਰਵਾਉਣਗੇ ਸੋ ਕਾਫੀ ਚੀਜ਼ਾਂ ਹੈਗੀਆਂ ਜਿਹੜਾ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਚਿਲਡਰਨਸ ਮਿਊਜ਼ੀਅਮ ਮੈਨੀਟੋਬਾ ਚਿਲਡਰਨਸ ਮਿਊਜ਼ੀਅਮ ਦੇ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਇਨਫੋਰਮੇਸ਼ਨ ਲੈ ਸਕਦੇ ਹਾਂ ਇਹਦੀ ਟਿਕਟ $5 ਹੈਗੀ ਹੈ ਤੇ ਹੁਣ ਅੱਗੇ ਛੁੱਟੀਆਂ ਆ ਰਹੀਆਂ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਜਾਓ ਬੱਚਿਆਂ ਨੂੰ ਇਨਵੋਲਵ ਕਰੋ ਐਕਟੀਵਿਟੀਜ਼ 'ਚ ਤੁਹਾਨੂੰ ਵੀ ਅੱਛਾ ਲੱਗੂਗਾ ਸੋ ਐਂਡ ਸਮੇਂ ਸਮੇਂ 'ਚ ਅਸੀਂ ਤੁਹਾਡੇ ਨਾਲ ਮੈਨੀਟੋਬਾ ਦੀ ਹੋਰ ਵੀ ਜਿਹੜੇ ਵੀ ਟੂਰਿਸਟ ਸਪੋਟਸ ਹੈਗੀਆਂ ਕਵਰ ਕਰਦੇ ਰਵਾਂਗੇ ਦੱਸਦੇ ਰਵਾਂਗੇ ਕਿ ਹਰ ਇੱਕ ਹਫ਼ਤੇ ਅਸੀਂ ਇੱਕ ਨਾ ਇੱਕ ਲੈ ਕੇ ਆਵਾਂਗੇ ਜਿਹਦੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਸਾਰੀ ਸਿਟੀ 'ਚ ਕੀ ਹੋ ਰਿਹਾ ਬੱਚਿਆਂ ਲਈ ਕੀ ਹੋ ਰਿਹਾ ਬੜਿਆਂ ਲਈ ਕੀ ਹੋ ਰਿਹਾ ਹੈਗਾ ਅਤੇ ਯੰਗਸਟਰ ਬਜ਼ੁਰਗਾਂ ਲਈ ਕੀ ਹੋ ਰਿਹਾ ਕੁਛ ਨਾ ਕੁਛ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਸੋ ਗੋਇੰਗ ਬੈਕ ਟੂ ਹੈਲਥ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਹੈਲਥ ਦੀ ਰਾਈਟ ਜਿਹੜੇ ਕਿ ਗੁੱਡ ਹੈਲਥ ਹੈਗੀ ਆ ਇਹ ਤੁਹਾਡਾ ਸੈਂਟਰ ਹੈਗਾ ਫੋਰ ਯੂ ਨੋ ਗੁੱਡ ਲਿਵਿੰਗ ਹਾਂਜੀ ਗੁੱਡ ਹੈਲਥ ਰਾਈਟ ਸੋ ਉਹਦੇ ਲਈ ਤੁਸੀਂ ਆਪਣੀ ਐਕਟਿਵ ਲਾਈਫ ਰੱਖੋ ਰਾਈਟ ਜ਼ਰੂਰੀ ਨਹੀਂ ਆ ਕਿ ਤੁਸੀਂ ਜਿਮ ਜਾ ਕੇ ਐਕਟਿਵ ਰਹੋ ਤੁਸੀਂ ਆਪਣੇ ਡਾਇਟ 'ਤੇ ਧਿਆਨ ਦਿਓ ਕਿ ਕਿੱਦਾਂ ਦੀ ਡਾਇਟ ਤੁਸੀਂ ਤੁਹਾਡੇ ਲਈ ਅੱਛੀ ਹੈਗੀ ਆ ਉਹ ਵੀ ਅਸੀਂ ਸ਼ੇਅਰ ਕਰਾਂਗੇ ਨੈਕਸਟ ਸੈਗਮੈਂਟ ਖਾਸ ਕਰ ਤਿੰਨ ਸੋਰੀ ਮੈਂ ਕਹਿਣਾ ਚਾਹਾਂਗੀ ਕਿ ਤਿੰਨ ਚੀਜ਼ਾਂ ਨੂੰ ਅੱਜ ਕੱਲ੍ਹ ਦੇ ਟਾਈਮ 'ਚ ਜ਼ਹਿਰ ਮੰਨਿਆ ਜਾਂਦਾ ਹੈ ਫੈਟ ਫਰਾਈ ਸ਼ੂਗਰ ਹਾਂਜੀ ਸੱਚ ਹੈ ਨਾ ਸੱਚ ਹੈ ਪਰ ਮੈਂ ਪੂਰਾ 100% ਨਹੀਂ ਮੰਨਦੀ ਇਹਨੂੰ ਬਿਕੋਜ਼ ਤੁਸੀਂ ਲਾਈਫ ਵੀ ਜੀਣੀ ਆ ਮੈਂ ਕਹਿੰਦੀ ਹਰ ਇੱਕ ਚੀਜ਼ ਮੋਡਰੇਸ਼ਨ 'ਚ ਅੱਛੀ ਆ ਹਾਂਜੀ ਕਹਿੰਦੇ ਥੋੜ੍ਹਾ ਜਿਹਾ ਚੀਟ ਕਰ ਲਓ ਥੋੜ੍ਹਾ ਜਿਹਾ ਚੀਟ ਕਰ ਲਓ ਪਰ ਜ਼ਿਆਦਾ ਨਹੀਂ ਮੈਂ ਸਾਰਾ ਕੁਛ ਖਾਂਦੀ ਹਾਂ ਪਰ ਮੋਡਰੇਸ਼ਨ 'ਚ ਖਾਂਦੀ ਹਾਂ ਆਪਣਾ ਟਾਈਮ ਰੱਖ ਕੇ ਖਾਂਦੀ ਹਾਂ ਰਾਈਟ ਤੁਸੀਂ ਟਾਈਮ ਨਾਲ ਕਰੋ ਆਪਣੇ ਆਪ ਨੂੰ ਡਿਸਿਪਲਿਨ ਕਰੋ ਆਪਣੇ ਖਾਣੇ ਦਾ ਟਾਈਮ ਬਣੋ ਆਪਣੇ ਲਈ ਟਾਈਮ ਬਣੋ ਲੇਡੀਜ਼ ਨੂੰ ਮੈਂ ਗੁਜ਼ਾਰਿਸ਼ ਕਰੂੰਗੀ ਕਿ ਤੁਸੀਂ ਆਪਣੇ ਲਈ ਜ਼ਰੂਰ ਦਿਨ 'ਚ ਅੱਧਾ ਘੰਟਾ ਇੱਕ ਘੰਟਾ ਜੋ ਵੀ ਤੁਸੀਂ ਨਿਕਾਲ ਸਕਦੇ ਆ ਤੁਸੀਂ ਆਪਣੇ ਲਈ ਨਿਕਾਲੋ ਕਿਉਂਕਿ ਜਿੱਦਾਂ ਕਹਿੰਦੇ ਆ ਨਾ ਕਿ ਤੁਹਾਨੂੰ ਐਨਰਜੀ ਚਾਹੀਦੀ ਹੁੰਦੀ ਹੈ ਨਾਲੇ ਲੇਡੀਜ਼ ਦਾ ਕੰਮ ਤੇ 24 ਘੰਟੇ ਦੀ ਸਰਵਿਸ ਹੈਗੀ ਹੈ ਹਾਂਜੀ ਹਾਂਜੀ ਸੋ ਕਹਿੰਦੇ ਹਾਊਸ ਵਾਈਫ ਕੁਛ ਨਹੀਂ ਕਰਦੀਆਂ ਨਹੀਂ ਹਾਊਸ ਵਾਈਫ ਸਭ ਤੋਂ ਜ਼ਿਆਦਾ ਕੰਮ ਕਰਦੀਆਂ ਉਹਨਾਂ ਨੂੰ ਕਦੀ ਹੋਲੀਡੇਜ਼ ਹੁੰਦੇ ਹੀ ਨਹੀਂ ਆ ਹਾਂਜੀ ਇਹ ਤਾਂ ਹੈ ਸੋ ਯਾ ਸਾਲ ਸੇ ਕਿ ਤੁਸੀਂ ਆਪਣੇ ਆਪ ਨੂੰ ਫਲੈਕਸੀਬਲ ਰੱਖਣ ਨੂੰ ਯੋਗਾ ਕਰੋ ਥੋੜ੍ਹਾ ਚੇਂਜ ਵੀ ਚਾਹੀਦਾ ਹੁੰਦਾ ਹੈ ਨਾ ਜੀ ਹਾਂਜੀ ਸੋ ਯੋਗਾ ਦੇ ਅਸੀਂ ਸਟੈਪਸ ਯੋਗਾ ਦੇ ਬਾਰੇ ਵੀ ਲੇਟਰ ਔਨ ਗੱਲ ਕਰਾਂਗੇ ਐਂਡ ਮੇ ਬੀ ਲੇਟ ਜਨਵਰੀ ਜਾਂ ਫੈਬਰੀ ਫਸਟ ਵੀਕ ਤੋਂ ਮੈਂ ਯੋਗਾ ਕਲਾਸਿਸ ਸ਼ੁਰੂ ਕਰਨ ਜਾ ਰਹੀ ਹਾਂ ਪੰਜਾਬ ਕਲਚਰ ਸੈਂਟਰ 'ਚ ਜਿਹਦੇ 'ਚ ਤੁਹਾਨੂੰ ਵੈਨਸਡੇ ਨੂੰ ਈਵਨਿੰਗ ਵੰਸ ਅ ਮੰਥ ਹੋਇਆ ਕਰੂਗੀ ਜਿਹਦੇ 'ਚ ਤੁਹਾਨੂੰ ਯੋਗਾ ਦੇ ਪੋਜ਼ਿਸ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਡਾਇਟ ਸ਼ੇਅਰ ਕਰਾਂਗੇ ਸੋ ਤੁਸੀਂ ਸਾਡਾ ਸ਼ੋਅ ਵਾਚ ਕਰੋ ਹੋਰ ਸਾਨੂੰ ਫੀਡਬੈਕ ਦਿਓ ਤਾਂ ਕਿ ਅਸੀਂ ਇਹਨੂੰ ਹੋਰ ਬੈਟਰ ਬਣਾ ਸਕੀਏ ਹੋਰ ਜਿੰਨੀ ਇਨਫੋਰਮੇਸ਼ਨ ਅਸੀਂ ਗੈਦਰ ਕਰ ਸਕਦੇ ਹਾਂ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਅਸੀਂ ਜਿੰਨਾ ਵਿਨੀਪੈਗ 'ਚ ਆਪਣੀਆਂ ਐਕਟੀਵਿਟੀਜ਼ ਨੂੰ ਵਧਾਵਾਂਗੇ ਆਪਣੇ ਭੈਣਾਂ ਭਰਾਵਾਂ ਵਾਸਤੇ ਓਨਾ ਹੀ ਅੱਛਾ ਹੈ ਹਾਂਜੀ ਡੈਫੀਨੇਟਲੀ ਸੋ ਹੋਰ ਕੁਛ ਕਹਿਣਾ ਚਾਹੋਗੇ ਤੁਸੀਂ ਦੱਸੋ ਕੀ ਪੁੱਛਣਾ ਹੈਗਾ ਸੋ ਟਾਕਿੰਗ ਅਬਾਊਟ ਲਾਈਕ ਜਿਹੜਾ ਅਸੀਂ ਹੈਲਥ ਦੇ ਬਾਰੇ ਗੱਲ ਕੀਤੀ ਸੀਗੀ ਕਿ ਜਿਹਦੇ 'ਚ ਸਾਡਾ ਫਿਜ਼ੀਕਲ ਹੈਲਥ ਹੈ ਫਿਜ਼ੀਕਲ ਹੈਲਥ 'ਚ ਤੁਹਾਡਾ ਆ ਜਾਂਦਾ ਹੈਗਾ ਕਿ ਤੁਸੀਂ ਆਪਣੀ ਡਾਇਟ ਦਾ ਧਿਆਨ ਰੱਖੋ ਹੋਰ ਐਕਸਰਸਾਈਜ਼ ਦਾ ਲਾਈਕ ਆਈ ਸੈਡ ਕਿ ਛੋਟੀ ਮੋਟੀ ਐਕਸਰਸਾਈਜ਼ ਈਵਨ ਸਟ੍ਰੈਚਿਸ ਜਿਹੜੇ ਐਵਰੀ ਡੇ ਅਗਰ ਤੁਸੀਂ ਆਪਣੇ ਆਪ ਨਹੀਂ ਕਰ ਸਕੋ ਉਹਦੇ ਨਾਲ ਤੁਸੀਂ ਫਲੈਕਸੀਬਲ ਰਹੋਗੇ ਤੁਹਾਡੀ ਬਾਡੀ ਫਲੈਕਸੀਬਲ ਰਹੋਗੀ ਅਗਰ ਤੁਸੀਂ ਕਦੀ ਗਿਰ ਜਾਂਦੇ ਹਾਂ ਤਾਂ ਤੁਹਾਡੀ ਬਾਡੀ 'ਚ ਇੰਨੀ ਫਲੈਕਸੀਬਿਲਿਟੀ ਹੋਊਗੀ ਕਿ ਤੁਸੀਂ ਓਨਾ ਜ਼ਿਆਦਾ ਆਪਣੇ ਆਪ ਨੂੰ ਡੈਮੇਜ ਨਹੀਂ ਕਰੋਗੇ ਹਾਂਜੀ ਤੁਸੀਂ ਬਚ ਸਕਦੇ ਹਾਂ ਆਪਣੇ ਐਕਸੀਡੈਂਟ ਜਿੰਨੀ ਫਲੈਕਸੀਬਿਲਿਟੀ ਹੈ ਬਾਡੀ 'ਚ ਉਹ ਓਨਾ ਹੀ ਬੰਦੇ ਦੀ ਕਹਿ ਲਓ ਕਿ ਜ਼ਿਆਦਾ ਮਜ਼ਬੂਤੀ ਰਹਿੰਦੀ ਹੈ ਸਰੀਰ 'ਚ ਹੈ ਨਾ ਸੋ ਕਿਉਂਕਿ ਕਦੇ ਵੀ ਜਿੱਦਾਂ ਹੁਣ ਘਰਾਂ 'ਚ ਕੰਮ ਕਰਦੇ ਵੇਲੇ ਝਟਕਾ ਲੱਗ ਜਾਵੇ ਜਾਂ ਪਿੱਛੇ ਨੂੰ ਬੰਦਾ ਡਿੱਗ ਪੈਂਦਾ ਹੈ ਅਗਰ ਬੰਦੇ ਦੀ ਫਲੈਕਸੀਬਿਲਿਟੀ ਹੈਗੀ ਹੈ ਤਾਂ ਸੰਭਾਲ ਸਕਦਾ ਆਪਣੇ ਆਪ ਨਹੀਂ ਤੇ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਸੋ ਦੈਟਸ ਵਾਟ ਵੀ ਮੀਨ ਬਾਈ ਫਿਜ਼ੀਕਲ ਹੈਲਥ ਕਿ ਤੁਸੀਂ ਆਪਣੀ ਬਾਡੀ ਨੂੰ ਫਲੈਕਸੀਬਲ ਬਣਾਓ ਥੋੜੇ ਬਹੁਤ ਸਟ੍ਰੈਚਸ ਆਪਣੇ ਲਈ ਟਾਈਮ ਕੱਢੋ ਕਰੋ ਪ੍ਰੋਪਰ ਡਾਇਟ ਲਓ ਅਗਰ ਕਰ ਸਕਦੇ ਆ ਅਗਰ ਘਰ ਦੇ ਹਾਲਾਤ ਸਾਥ ਦਿੰਦੇ ਆ ਕਿ ਚਲੋ ਥੋੜੇ ਪੈਸੇ ਲਗਾ ਕੇ ਤੁਸੀਂ ਰੀਫਿਟ ਜੁਆਇਨ ਕਰ ਸਕਦੇ ਆ ਕਿਸੇ ਐਕਸਰਸਾਈਜ਼ ਸੈਂਟਰ ਜਾ ਸਕਦੇ ਆ ਤੇ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਕਿ ਉਹ ਤਾਂ ਬਹੁਤ ਨਾਈਸ ਹੋ ਜਾਣਾ ਕਿ ਚਲੋ ਨਾਲੇ ਘਰਾਂ 'ਚ ਥੋੜਾ ਨਿਕਲਣਾ ਹੋ ਜਾਂਦਾ ਹੈ ਲੇਡੀਜ਼ ਵਾਸਤੇ ਔਰ ਨਾਲੇ ਹੋ ਜਾਂਦਾ ਕਿ ਚਲੋ ਐਕਸਰਸਾਈਜ਼ ਹੋ ਗਈ ਹਾਂਜੀ ਨਾਲੇ ਮਿਲਣਾ ਹੋ ਜਾਂਦਾ ਐਕਸਰਸਾਈਜ਼ ਤੇ ਡਾਇਟ ਦੇ ਨਾਲ ਨਾਲ ਤੁਹਾਡੀ ਬਾਡੀ ਦੀ ਸਕਰੀਨਿੰਗ ਵੀ ਬਹੁਤ ਜ਼ਰੂਰੀ ਹੈ ਲੇਡੀਜ਼ ਵਾਸਤੇ ਸੋ ਸਾਰੀ ਲੇਡੀਜ਼ ਆਲ ਸੇ ਕਿ ਜਿਹੜੀ ਵੀ 35 ਤੋਂ ਉੱਤੇ ਹੋ ਜਾਂਦੀਆਂ ਹੈਗੀਆਂ ਉਹ ਵੰਸ ਐਵਰੀ 2 ਈਅਰ ਜ਼ਰੂਰ ਸਕਰੀਨਿੰਗ ਲਈ ਜਾਣ ਹਰੇਕ ਤਰ੍ਹਾਂ ਦੀ ਆਪਣੇ ਫਿਜ਼ੀਕਲ ਕਰਾਉਣ ਬਲੱਡ ਟੈਸਟ ਹੋਣਾ ਚਾਹੀਦਾ ਵੈਰੀ ਵੈਰੀ ਇੰਪੋਰਟੈਂਟ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਹੈਲਥੀ ਤਾਂ ਹੈਗੇ ਹਾਂ ਕੀ ਲੋੜ ਹੈ ਡਾਕਟਰ ਦੇ ਜਾਣ ਦੀ ਬਟ ਉਹ ਬਹੁਤ ਇੰਪੋਰਟੈਂਟ ਪਰ ਤੁਹਾਨੂੰ ਆਪਣੀ ਬਾਡੀ 'ਚ ਕੀ ਹੋ ਰਿਹਾ ਸਾਨੂੰ ਕਈ ਵਾਰ ਨਹੀਂ ਪਤਾ ਲੱਗਦਾ ਹੈਗਾ ਸੋ ਉਹ ਸਕਰੀਨਿੰਗ ਕਰਨੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇੱਦਾਂ ਹੁੰਦਾ ਕਿ ਸਮਟਾਈਮ ਇੱਦਾਂ ਹੁੰਦਾ ਕਿ ਲੇਡੀਜ਼ ਨੂੰ ਪਤਾ ਹੀ ਨਹੀਂ ਹੈ ਕਿ ਅੰਦਰ ਕੀ ਹੋ ਰਿਹਾ ਬਟ ਲਾਸਟ ਮਿੰਟ ਕੋਈ ਪ੍ਰੋਬਲਮ ਆ ਜਾਂਦੀ ਹੈ ਅਤੇ
ਇੱਕਦਮ ਕਹਿੰਦੇ ਓ ਮਾਈ ਗੋਡ ਇਹ ਤਾਂ ਹੋ ਹੀ ਨਹੀਂ ਸੀ ਸਕਦਾ ਹਾਂਜੀ ਬਟ ਉਹੀ ਜੇ ਪਹਿਲਾਂ ਬਲੱਡ ਟੈਸਟ ਹੋਏ ਹੁੰਦੇ ਬੰਦਾ ਇਲਾਜ ਤੇ ਹੁੰਦਾ ਤੇ ਕਦੀ ਇਦਾਂ ਦੀ ਨੌਬਤ ਹੀ ਨਾ ਆਉਂਦੀ ਹਾਂਜੀ ਤੇ ਦ ਅਦਰ ਪੁਆਇੰਟ ਵਿਲ ਬੀ ਲਰਨ ਟੂ ਮੈਨੇਜ ਸਟ੍ਰੈਸ ਵਿਚ ਇਜ਼ ਅ ਵੈਰੀ ਵੈਰੀ ਬਿਗ ਥਿੰਗ ਇਟਸ ਈਜ਼ੀ ਸੈਡ ਦੈਨ ਡਨ ਮੈਂ ਵੀ ਇਹਨੂੰ ਐਗਰੀ ਕਰਦੀ ਕਿ ਇੰਨਾ ਈਜ਼ੀ ਨਹੀਂ ਆ ਪਰ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ ਆ ਸੋ ਅਗਰ ਤੁਹਾਨੂੰ ਸਟ੍ਰੈਸ ਹੁੰਦਾ ਹੈ ਕਈ ਵਾਰ ਹੁੰਦਾ ਮੈਂ ਈਵਨ ਬੱਚਿਆਂ ਨੂੰ ਸੁਣਿਆ ਹੈਗਾ 12-13 ਸਾਲ ਦੀ ਯੰਗ ਟੀਨੇਜਰਸ ਕੁੜੀਆਂ ਕਹਿੰਦੀਆਂ ਹੈਗੀਆਂ ਕਿ ਮੈਨੂੰ ਬਹੁਤ ਸਟ੍ਰੈਸ ਆ ਹਾਂਜੀ ਯੂ ਡੋਂਟ ਨੋ ਕਹਿਣਗੇ ਕਿ ਤੁਹਾਨੂੰ ਕਿੰਨਾ ਸਟ੍ਰੈਸ ਹੈਗਾ ਹਾਂਜੀ ਅਸੀਂ ਉਹਨੂੰ ਇਗਨੋਰ ਨਾ ਕਰੀਏ ਨਹੀਂ ਕਿਉਂਕਿ ਸਟ੍ਰੈਸ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਏਜ ਨਾਲ ਜਾਂ ਜੋਬ ਨਹੀਂ ਹੈਗੀ ਆ ਜਾਂ ਫਿਰ ਤੁਹਾਡੇ ਨਹੀਂ ਚੰਗੇ ਪੈਸੇ ਆ ਰਹੇ ਉਹਦੇ ਨਾਲ ਸਟ੍ਰੈਸ ਸਟ੍ਰੈਸ ਤੁਹਾਨੂੰ ਕਿਸੇ ਵੀ ਗੱਲ ਨਾ ਹੋ ਸਕਦੀ ਕਈਆਂ ਦਾ ਇੱਦਾਂ ਵੀ ਹੈਗਾ ਕਿ ਸੋਸ਼ਲ ਸਰਕਲ ਨਹੀਂ ਹੈਗਾ ਮੈਂ ਐਸੇ ਲੋਕਾਂ ਨਾਲ ਵੀ ਮਿਲੀ ਹਾਂ ਉਹਨਾਂ ਨੂੰ ਡਿਪਰੈਸ਼ਨ ਹੈ ਕਿ ਉਹਨਾਂ ਦਾ ਸੋਸ਼ਲ ਸਰਕਲ ਨਹੀਂ ਹੈ ਰਿਸਪੋਂਸਿਬਿਲਿਟੀ ਹੈਗੀ ਕਿ ਪਹਿਲਾਂ ਤਾਂ ਉਹ ਖੁਦ ਲਰਨ ਕਰਨ ਮੰਮ ਜਾਂ ਡੈਡ ਜੋ ਵੀ ਹੈ ਬੱਚਿਆਂ ਨੂੰ ਦੇਖ ਰਹੇ ਜਾਂ ਜ਼ਿਆਦਾ ਟਾਈਮ ਸਪੈਂਡ ਕਰ ਰਹੇ ਹੈਗੇ ਉਹ ਆਪਣੇ ਆਪ ਨੂੰ ਪਹਿਲਾਂ ਲਰਨ ਕਰਨ ਕਿ ਕਿੱਦਾਂ ਸਟ੍ਰੈਸ ਮੈਨੇਜ ਕਰਨੀ ਆ ਅਗਰ ਤੁਹਾਨੂੰ ਖੁਦ ਨਹੀਂ ਪਤਾ ਚੱਲਦਾ ਤੁਸੀਂ ਕਿਸੇ ਨਾਲ ਗੱਲ ਕਰੋ ਇੱਥੇ ਹੁਣ ਕੈਨੇਡਾ 'ਚ ਲੱਕੀਲੀ ਇੰਨੇ ਰਿਸੋਰਸਿਸ ਹੈਗੇ ਆ ਕਿ ਅਗਰ ਤੁਸੀਂ ਚਾਹੋ ਤਾਂ ਤੁਹਾਨੂੰ ਕਾਉਂਸਲਿੰਗ ਮਿਲ ਸਕਦੀ ਹੈ ਕੁਛ ਵੀ ਨਹੀਂ ਪਹਿਲਾਂ ਫੈਮਿਲੀ ਡਾਕਟਰ ਨਾਲ ਹੀ ਮਿਲਣਾ ਉਹਨਾਂ ਨਾਲ ਡਿਸਕਸ ਕਰ ਲੈਣ ਉਹੀ ਰਿਕਮੈਂਡ ਕਰ ਦਿੰਦੇ ਨਾ ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਬਹੁਤ ਸਟ੍ਰੈਸ ਹਮੇਸ਼ਾ ਰਹਿੰਦੀ ਹੈ ਮੈਂ ਕਿੱਦਾਂ ਕੋਪ ਕਰਾਂ ਹਾਂਜੀ ਤੁਸੀਂ ਗੂਗਲ 'ਤੇ ਜਾ ਕੇ ਕਿੰਨਾ ਕੁਛ ਰਿਸਰਚ ਕਰ ਸਕਦੇ ਹਾਂ ਕਿ ਕਿੱਦਾਂ ਤੁਸੀਂ ਮੈਨੇਜ ਸੋ ਉਹ ਸਭ ਤੋਂ ਇੰਪੋਰਟੈਂਟ ਹੈ ਤੁਹਾਡੀ ਫਿਜ਼ੀਕਲ ਹੈਲਥ ਵਾਸਤੇ ਕਿ ਤੁਸੀਂ ਆਪਣੇ ਆਪ ਨੂੰ ਸਟ੍ਰੈਸ ਫਰੀ ਕਰੋ ਉਹਦੇ ਬਾਅਦ ਹੀ ਤੁਸੀਂ ਆਪਣੀ ਫੈਮਿਲੀ ਬੇਸਿਕ ਪ੍ਰੋਬਲਮ ਹੈਗੀ ਆ ਘਰਾਂ ਘਰਾਂ ਦੇ ਵਿੱਚ ਕੀ ਆ ਉਮਰ ਦਾ ਵੀ ਕੁਛ ਨਹੀਂ ਹੈ ਬਟ ਡਿਪਰੈਸ਼ਨ ਐਂਡ ਸਟ੍ਰੈਸ ਤਕਰੀਬਨ ਆਲਮੋਸਟ ਸਭ ਨੂੰ ਹੀ ਥੋੜ੍ਹੀ ਬਹੁਤ ਹੈਗੀ ਹੈ ਬਿਕੋਜ਼ ਲਾਈਫ ਇੰਨੀ ਫਾਸਟ ਹੁੰਦੀ ਜਾ ਰਹੀ ਹੈ ਜਿੱਦਾਂ ਜਿੱਦਾਂ ਸਾਡੀ ਸੈਂਚੁਰੀਜ਼ ਵੱਧਦੀ ਜਾ ਰਹੀਆਂ ਉਦੋਂ ਦਾ ਲਾਈਫ ਇੰਨੀ ਫਾਸਟ ਹੋਈ ਜਾ ਰਹੀ ਹੈ ਕਿ ਸਟ੍ਰੈਸ ਆਟੋਮੈਟਿਕਲੀ ਸਾਰਿਆਂ ਦੇ ਵਿੱਚ ਆ ਜਾ ਰਿਹਾ ਹੈਗਾ ਕਿਸੇ ਨਾ ਕਿਸੇ ਕਾਰਨ ਸੋ ਦੈਟਸ ਅਗੇਨ ਇਟਸ ਅ ਫਿਜ਼ੀਕਲ ਹੈਲਥ ਸੋ ਦੈਟ ਸ਼ੁੱਡ ਬੀ ਟੇਕਨ ਕੇਅਰ ਆਫ ਰਾਈਟ ਐਂਡ ਅਦਰ ਥਿੰਗ ਇਜ਼ ਬੀਇੰਗ ਪੋਜ਼ਿਟਿਵ ਤੁਸੀਂ ਵੈਰੀ ਇੰਪੋਰਟੈਂਟ ਕਿ ਤੁਸੀਂ ਪੋਜ਼ਿਟਿਵ ਰਹੋ ਅਗਰ ਤੁਸੀਂ ਪੋਜ਼ਿਟਿਵ ਖੁਦ ਰਹਿੰਦੇ ਹਾਂ ਤਾਂ ਤੁਹਾਡੇ ਆਲੇ ਦੁਆਲੇ ਦਾ ਇਨਵਾਇਰਮੈਂਟ ਤੁਹਾਡੀ ਫੈਮਿਲੀ ਦਾ ਇਨਵਾਇਰਮੈਂਟ ਤੁਹਾਡੇ ਬੱਚਿਆਂ ਦਾ ਇਨਵਾਇਰਮੈਂਟ ਵੀ ਪੋਜ਼ਿਟਿਵ ਰਹਿੰਦਾ ਹੋਰ ਜੋੜਨਾ ਚਾਹਾਂਗੀ ਜਿਸ ਤਰ੍ਹਾਂ ਤੁਸੀਂ ਹੋ ਸੋ ਲਾਈਕ ਵਿਲ ਪਾਵਰ ਬਹੁਤ ਸਟਰੋਂਗ ਰੱਖਣੀ ਚਾਹੀਦੀ ਹੈ ਹਾਂਜੀ ਦੈਟ ਕਮਸ ਵਿਦ ਆਪਣੇ ਆਪ ਨੂੰ ਤੁਸੀਂ ਡਿਸਪਲਾਈਨ ਕਰੋ ਲਾਈਫ ਚ ਸਾਰੇ ਦੇ ਚੱਲਦਾ ਜੇ ਤੁਹਾਡੀ ਵਿਲ ਪਾਵਰ ਸਟਰੋਂਗ ਆ ਨਾ ਤੇ ਤੁਸੀਂ ਕਦੀ ਡਿੱਗਦੇ ਨਹੀਂ ਹਾਂਜੀ ਹੈ ਨਾ ਜੀ ਹੋਰ ਦ ਅਦਰ ਥਿੰਗ ਇਜ਼ ਬੀਇੰਗ ਪੋਜ਼ਿਟਿਵ ਦੇ ਨਾਲ ਨਾਲ ਐਪਰੀਸ਼ੀਏਟ ਕਰੋ ਆਪਣੀ ਲਾਈਫ ਨੂੰ ਆਪਣੇ ਆਪ ਨੂੰ ਹੋਰ ਆਪਣੀ ਫੈਮਿਲੀ ਨੂੰ ਐਵਰੀ ਡੇ ਤੁਸੀਂ ਕੋਈ ਨਾ ਕੋਈ ਸੈਂਟੈਂਸ ਸਵੇਰੇ ਉੱਠ ਕੇ ਸੋਚੋ ਕਿ ਮੈਂ ਅੱਜ ਆਪਣੀ ਫੈਮਿਲੀ ਮੈਂ ਕਿਹੜੀ ਫੈਮਿਲੀ ਮੈਂਬਰ ਦਾ ਮੈਂ ਦਿਲ ਖੁਸ਼ ਕਰ ਸਕਦੀ ਹਾਂ ਜਾਂ ਕੋਈ ਖੁਸ਼ ਕਰ ਸਕਦਾ ਹਾਂ ਰਾਈਟ ਸੋ ਇਟਸ ਫੋਰ ਬੋਥ ਹਸਬੈਂਡ ਵਾਈਫ ਐਂਡ ਗ੍ਰੈਂਡ ਪੇਰੈਂਟਸ ਐਂਡ ਸਾਰੇ ਅਗਰ ਅਸੀਂ ਪੋਜ਼ਿਟਿਵ ਚੀਜ਼ਾਂ ਥੋਟ ਕਰਾਂਗੇ ਹੋਰ ਐਪਰੀਸ਼ੀਏਟ ਕਰਾਂਗੇ ਲਾਈਕ ਜੁੜ ਕੇ ਰਹਿੰਦੇ ਹਾਂਜੀ ਜੁੜ ਕੇ ਰਹਿੰਦੀਆਂ ਨਾਲੇ ਬੱਚਿਆਂ ਨੂੰ ਤੁਸੀਂ ਪਿਆਰ ਕਰਨਾ ਸਿਖਾ ਰਹੇ ਹਾਂ ਹੋਰ ਪਿਆਰ ਦੇ ਰਹੇ ਹਾਂ ਉਹਨਾਂ ਨੂੰ ਤੁਸੀਂ ਇਹ ਵਰਲਡ ਨੂੰ ਇੱਕ ਪਿਆਰ ਕਰਨ ਵਾਲੀ ਜਗ੍ਹਾ ਬਣਾ ਰਹੇ ਹੈਗੇ ਮੈਂ ਦੇਖਿਆ ਕਿ ਸਾਡੇ ਹੁਣ ਜਿੱਦਾਂ ਪੁਰਾਣੇ ਟਾਈਮ ਤੋਂ ਜਿੱਦਾਂ ਸਾਡੇ ਜੁਆਇੰਟ ਫੈਮਿਲੀਆਂ ਹੁੰਦੀਆਂ ਸੀਗੀਆਂ ਬਟ ਹੋਇਆ ਕਿ ਜਿੱਦਾਂ ਪਹਿਲਾਂ ਜੁਆਇੰਟ ਫੈਮਿਲੀਆਂ ਹੁੰਦੀਆਂ ਸੀ ਜਿਹੜੇ ਵੱਡੇ ਵਡੇਰੇ ਹੁੰਦੇ ਸੀ ਬੜਾ ਸੰਭਾਲ ਕੇ ਲਾਈਕ ਹਰ ਇੱਕ ਦੀ ਥਾਂ 'ਤੇ ਰੱਖਦੇ ਸੀਗੇ ਬਾਅਦ ਦੇ ਵਿੱਚੋਂ ਕੀ ਹੋਇਆ ਜੁਆਇੰਟ ਫੈਮਿਲੀਆਂ ਹੁੰਦੀਆਂ ਸੀ ਪਰ ਲੜਾਈਆਂ ਬਹੁਤ ਹੋਣ ਲੱਗ ਪਈਆਂ ਹੋਇਆ ਕਿ ਸਾਰਿਆਂ ਦੇ ਹੁਣ ਆਪਣੇ ਆਪਣੇ ਘਰ ਹੈਗੇ ਆ ਬਟ ਉਹ ਹੁਣ ਖੁਸ਼ੀ ਨਾਲ ਮਿਲਦੇ ਆ ਇੱਦਾਂ ਨਹੀਂ ਹੈ ਕਿ ਜੁਆਇੰਟ ਫੈਮਿਲੀਆਂ ਹੈ ਅਤੇ ਲੜਾਈਆਂ ਹੋ ਰਹੀਆਂ ਸਵੇਰੇ ਹਾਂਜੀ ਉਹ ਹੁੰਦਾ ਹੈ ਵੈਲਿਊ ਸਿਸਟਮ ਹਰ ਇੱਕ ਕਿਸੇ ਦੀ ਫੈਮਿਲੀ ਦਾ ਆਪਣਾ ਵੈਲਿਊ ਸਿਸਟਮ ਹੈਗਾ ਹਾਂਜੀ ਪਰ ਮੇਕ ਸ਼ੋਰ ਕਿ ਤੁਸੀਂ ਵੈਲਿਊ ਸਿਸਟਮ ਬਣਾਓ ਇਹ ਨਾ ਸੋਚੋ ਕਿ ਪਹਿਲਾਂ ਜ਼ਮਾਨੇ 'ਚ ਕਹਿੰਦੇ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਗ੍ਰੈਂਡਪਾ ਦੇ ਟਾਈਮ 'ਤੇ ਇੱਦਾਂ ਹੁੰਦਾ ਸੀ ਸਾਡੇ ਡੈਡ ਉਹਨਾਂ ਤੋਂ ਇੰਨਾ ਡਰਦੇ ਸੀ ਹੁਣ ਦੇ ਬੱਚੇ ਦਾ ਨਹੀਂ ਬਿਕੋਜ਼ ਉਹਨਾਂ ਨੇ ਉਸ ਤਰ੍ਹਾਂ ਦਾ ਉਸ ਹਿਸਾਬ ਨਾਲ ਵੈਲਿਊ ਸਿਸਟਮ ਬਣਾਇਆ ਟਾਈਮ ਵੀ ਬਹੁਤ ਚੇਂਜ ਹੋ ਗਿਆ ਨਾ ਚੇਂਜ ਹੋ ਗਿਆ ਹੁਣ ਅੱਜ ਦੀ ਜਨਰੇਸ਼ਨ ਜਿਹੜੀ ਹੈਗੀ ਆ ਉਹ ਟੋਟਲੀ ਡਿਫਰੈਂਟ ਆ ਹੁਣ ਦੀ ਜਨਰੇਸ਼ਨ ਜਿਹੜੀ ਹੈਗੀ ਬਹੁਤ ਸਾਰਾ ਪਿਆਰ ਮੰਗਦੀ ਆ ਬਿਕੋਜ਼ ਜਿੱਦਾਂ ਕਿ ਅਸੀਂ ਗੱਲ ਕਰ ਰਹੇ ਕਿ ਸਟ੍ਰੈਸ ਬਹੁਤ ਹੈਗੀ ਆ ਬੱਚੇ ਪਿਆਰ ਮੰਗਦੇ ਆ ਸਾਰਿਆਂ ਕੋਲ ਟਾਈਮ ਨਹੀਂ ਹੈਗਾ ਇੱਕ ਦੂਸਰੇ ਵਾਸਤੇ ਨਾ ਹਾਂਜੀ ਸੋ ਘਰ 'ਚ ਵੀ ਆਉਂਦੇ ਆ ਇੱਕ ਜੀ ਰੋਟੀ ਖਾ ਰਿਹਾ ਦੂਸਰੇ ਕੋਲ ਟਾਈਮ ਨਹੀਂ ਹੈਗਾ ਤੀਸਰਾ ਸ਼ਾਮ ਨੂੰ ਆ ਰਿਹਾ ਸੋ ਕਦੀ ਟਾਈਮ ਹੀ ਨਹੀਂ ਮਿਲਦਾ ਹਫ਼ਤੇ 'ਚ ਇੱਕ ਦਿਨ ਹੁੰਦਾ ਕਿ ਚਲੋ ਇਕੱਠੇ ਬੈਠ ਕੇ ਰੋਟੀ ਖਾ ਕੇ ਹਾਲ ਚਾਲ ਪੁੱਛ ਬੇਸ਼ੱਕ ਤੁਹਾਨੂੰ ਇੱਕ ਦੂਜੇ ਨਾਲ ਟਾਈਮ ਨਾ ਮਿਲੇ ਐਜ਼ ਲੌਂਗ ਐਜ਼ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਕਿ ਤੁਸੀਂ ਉਹਨਾਂ ਨੂੰ ਪੋਜ਼ਿਟਿਵ ਵਾਈਬਸ ਦਿੰਦੇ ਆ ਹੋਰ ਤੁਸੀਂ ਉਹਨਾਂ ਨੂੰ
ਅਪਰੀਸ਼ੀਏਟ ਕਰਦੇ ਹੈਗੇ ਆ। ਹਾਂਜੀ। ਸੋ ਈਵਨ ਦੋ ਟਾਈਮ ਸਪੈਂਡ ਨਹੀਂ ਕਰਦੇ ਹੋਏ ਵੀ ਉਸ ਬੱਚੇ ਦੇ ਜਾਂ ਉਸ ਮਾਂ ਦੇ ਦਿਲ 'ਚ ਓਨਾ ਹੀ ਪਿਆਰ ਰਹਿੰਦਾ ਹੈਗਾ। ਬਿਲਕੁਲ ਬਿਲਕੁਲ। ਯੂ ਨੋ ਐਜ਼ ਲੌਂਗ ਐਜ਼ ਤੁਸੀਂ ਦੋਨੋਂ ਇੱਕ ਦੂਸਰੇ ਨੂੰ ਅਪਰੀਸ਼ੀਏਟ ਕਰ ਰਹੇ ਹੈਗੇ। ਸੋ ਅਪਰੀਸ਼ੀਏਟ ਕਰਨਾ ਫੈਮਿਲੀ 'ਚ ਬਹੁਤ ਜ਼ਰੂਰੀ ਹੈਗਾ, ਜਿਹੜਾ ਮੈਂ ਦੇਖਦੀ ਹਾਂ ਕਿ ਆਪਣੀ ਪੰਜਾਬੀ ਫੈਮਿਲੀਆਂ 'ਚ ਬਹੁਤ ਘੱਟ ਹੁੰਦਾ। ਹਾਂਜੀ। ਅਸੀਂ ਗ੍ਰਾਂਟਿਡ ਲੈ ਲੈਂਦੇ ਹਾਂ, ਅਗਰ ਬੱਚੇ ਨੇ ਕੋਈ ਚੰਗਾ ਕੰਮ ਕੀਤਾ ਤਾਂ ਅਸੀਂ ਗ੍ਰਾਂਟਿਡ ਲੈਂਦੇ ਕਿ ਹਾਂ ਇਹ ਤਾਂ ਮੈਂ ਸਿਖਾਇਆ, ਇਹਨੂੰ ਕਰਨਾ ਚਾਹੀਦਾ ਹੈਗਾ। ਪਰ ਅਗਰ ਉਹ ਬੱਚਾ ਸੇਮ ਇੱਕ ਗਲਤੀ ਕਰਦਾ ਤਾਂ ਅਸੀਂ ਉਹਨੂੰ ਬਹੁਤ ਝਿੜਕਾ ਮਾਰਦੇ ਹਾਂ। ਸੋ ਜਦੋਂ ਅਸੀਂ ਗਲਤੀ 'ਚ ਝਿੜਕਾ ਮਾਰਦੇ ਹਾਂ, ਉਹਦੀ ਇੱਕ ਚੰਗੀ ਗੱਲ 'ਚ ਵੀ ਅਪਰੀਸ਼ੀਏਟ ਕਰਨਾ ਸਾਨੂੰ ਬਹੁਤ ਜ਼ਰੂਰੀ ਹੈਗਾ, ਜਿਹੜਾ ਅਸੀਂ ਨਹੀਂ ਕਰਦੇ। ਔਰ ਈਵਨ ਜਿਸ ਵੇਲੇ ਗਲਤੀ ਵੀ ਕੀਤੀ ਹੈ ਤਾਂ ਬੱਚੇ ਨੂੰ ਡਾਂਟੋ ਨਾ, ਉਹਨੂੰ ਪਿਆਰ ਨਾਲ ਸਮਝਾਓ। ਹਾਂਜੀ। ਹੈ ਨਾ, ਉਹਦੇ ਨਾਲ ਉਹਨੂੰ ਦੱਸੋ ਕਿ ਤੁਸੀਂ ਜੋ ਕੀਤਾ ਇਹ ਠੀਕ ਹੈ। ਮੈਂ ਨਾ ਬਿਲੀਵ ਨਹੀਂ ਕਰਦੀ ਹਾਂ ਕਿ ਤੁਸੀਂ ਬੱਚੇ ਨੂੰ ਡਾਂਟੋ ਨਾ, ਤੁਸੀਂ ਬੱਚੇ ਨੂੰ ਤਰੀਕੇ ਨਾਲ ਸਮਝਾ ਸਕਦੇ ਹੈਗੇ ਆ, ਤਰੀਕੇ ਨਾਲ ਸਮਝਾਓ। ਤੁਸੀਂ ਉਹਨੂੰ ਵੈਲਿਊ ਸਿਸਟਮ ਕ੍ਰੀਏਟ ਕਰਕੇ ਆਪਣੇ ਘਰ 'ਚ ਦੱਸ ਸਕਦੇ ਆ ਕਿ ਆਹ ਚੀਜ਼ ਸਹੀ ਆ, ਆਹ ਚੀਜ਼ ਗਲਤ ਆ। ਸੋ ਜਦੋਂ ਬੱਚਾ ਗਲਤ ਕਰਦਾ ਤੁਸੀਂ ਕਹਿ ਸਕਦੇ ਆ, ਨਾਲ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਆਹ ਸਾਡਾ ਫੈਮਿਲੀ ਦਾ ਸੀਗਾ, ਤੁਸੀਂ ਦੇਖੋ ਇਹਦੇ ਆ ਜਾ ਕੇ ਕੀਤਾ ਹੈਗਾ, ਰਾਈਟ। ਸੋ ਬੱਚੇ ਦੇ ਦਿਮਾਗ 'ਚ ਆ ਜਾਂਦਾ ਹੈ, ਯੂ ਨੋ। ਅਗਰ ਤੁਸੀਂ ਉਸ ਟਾਈਮ ਉਹਨੂੰ ਮਾਰ ਕੇ ਕੁੱਟ ਕੇ ਗਾਲਾਂ ਕੱਢ ਕੇ ਕਰ ਦੋਗੇ, ਉਹਨੇ ਕੀ ਕਰਨਾ ਹੈਗਾ, ਰੋ ਕੇ ਗੁੱਸੇ ਨਾਲ ਚਲੇ ਜਾਣਾ ਹੈ, ਉਹ ਜ਼ਿਆਦਾ ਦੂਰ ਹੋ ਜਾਏਗਾ। ਉਹ ਨੈਕਸਟ ਟਾਈਮ ਉਹਨੇ ਸੋਚਣਾ ਕਿ ਜਦੋਂ ਵੀ ਕੋਈ ਗੱਲ ਕਿਸੇ ਤੋਂ ਮਨਾਉਣੀ ਹੁੰਦੀ, ਇਹੀ ਤਰੀਕਾ ਹੈਗਾ। ਉਹ ਫਿਰ ਜਦੋਂ ਬੜਾ ਹੋ ਜੂਗਾ, ਉਹ ਆਪਣੇ ਮਾਂ ਪਿਓ ਨੂੰ ਵੀ ਉਹਦੇ ਗਾਲਾ ਕੱਢੂਗਾ, ਬਿਲਕੁਲ, ਹੋਰ ਕੁੱਟੂਗਾ, ਉਹਦੇ ਹੱਥ ਚਲਾਊਗਾ, ਕਹੂਗਾ, ਕਿਉਂਕਿ ਉਹਨੇ ਸਿੱਖਿਆ ਹੀ ਹੋਈ ਹੈ ਬਿਲਕੁਲ ਕਿ ਅਗਰ ਕੋਈ ਤੁਹਾਡੀ ਗੱਲ ਨਹੀਂ ਸੁਣ ਰਿਹਾ ਉਹਨੂੰ ਕੁੱਟੋ, ਉਹਨੂੰ ਜ਼ੋਰ ਦੀ ਬੋਲੋ ਜਾਂ ਡਾਂਟੋ, ਰਾਈਟ। ਸੋ ਅਸੀਂ ਹੀ ਨੀਵ ਰੱਖ ਰਹੇ ਆਪਣੇ ਬੱਚਿਆਂ ਦੀ ਕਿ ਸਾਨੂੰ ਇੱਦਾਂ ਟ੍ਰੀਟ ਕਰਨ ਸਾਡੇ ਬੁਢਾਪੇ 'ਚ। ਬਿਲਕੁਲ ਸਹੀ ਕਹਿ ਰਹੇ ਹੋ। ਸੋ ਇਸ ਟੋਪਿਕ 'ਤੇ ਤਾਂ ਅਸੀਂ ਕਾਫੀ ਜਾ ਸਕਦੇ ਹਾਂ, ਬਟ ਵੀ ਕਮਿੰਗ ਬੈਕ ਟੂ ਹੈਲਥ, ਲਾਈਕ ਵੀ ਸੈਡ, ਹੈਲਥ ਇਜ਼ ਵੈਲ, ਸੋ ਪਲੀਜ਼ ਡੂ ਟੇਕ ਕੇਅਰ ਆਫ ਯੋਰ ਹੈਲਥ। ਐਂਡ ਅਗਰ ਤੁਹਾਨੂੰ ਕੋਈ ਕੁਐਸਚਨਸ ਹੈਗਾ, ਤੁਸੀਂ ਨੈਕਸਟ ਵੀਕ ਵੈਨਸਡੇ ਅਸੀਂ ਟੂ ਪੀ ਐਮ ਮੈਂ ਆਊਂਗੀ, ਅਸੀਂ ਨਵੇਂ ਨਵੇਂ ਗੈਸਟ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਅਤੇ ਬਹੁਤ ਸਾਰੇ ਮੁੱਦੇ 'ਤੇ ਗੱਲ ਕਰਾਂਗੇ। ਹੋਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੈ ਅਗਰ ਤੁਹਾਨੂੰ ਲੱਗਦਾ ਹੈਗਾ ਕਿ ਕੋਈ ਕੁਐਸਚਨ ਹੈਗਾ, ਜਾਂ ਕਿਸੇ ਮੁੱਦੇ 'ਚ ਅਸੀਂ ਗੱਲ ਕਰੀਏ ਜਾਂ ਸਲਾਹ ਕਰੀਏ ਜਾਂ ਡਿਸਕਸ ਕਰੀਏ, ਤੁਸੀਂ ਆਉਣਾ ਚਾਹੁੰਦੇ ਹਾਂ ਸਾਡੇ ਨਾਲ ਰੇਡੀਓ ਆਵਾਜ਼ 'ਤੇ, ਅਤੇ ਤੁਸੀਂ saharaoasis@live.ca 'ਤੇ ਈਮੇਲ ਕਰ ਸਕਦੇ ਹੈ ਮੈਨੂੰ। ਅਗੇਨ saharaoasis saharaoasis@live.ca। ਥੈਂਕ ਯੂ ਐਂਡ ਹੈਵ ਅ ਵੰਡਰਫੁਲ ਰੈਸਟ ਆਫ ਯੋਰ ਡੇ ਟੁਡੇ। ਥੈਂਕ ਯੂ।